ਪਰਦੀ ਹੋਈ ਗੁਰੂ ਪਿਆਰ ਵਾਲੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਤ ਪਾਤਸ਼ਾਹ ਜੀ ਦੇ ਪਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਦਰਸ਼ਨਾਂ ਦਾ ਸੁਭਾਗ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਅੰਮ੍ਰਿਤ ਵੇਲੇ ਤੋਂ ਸਜਾਏ ਜਾ ਰਹੇ دیਵਾਨਾ ਤੋਂ ਵਿੱਚ ਆਸਾ ਕੀ ਵਾਰ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਸਤਿਗੁਰਾਂ ਦੇ ਇਸ ਪਾਵਨ ਅਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਵਿਚਾਰ ਆਰੰਭ ਹੈ ਜਿਸ ਸ਼ਬਦ ਨੂੰ ਸਤਿਗੁਰਾਂ ਦੀ ਬਰਕਤ ਦੇ ਨਾਲ ਅੱਜ ਅਸੀਂ ਵਿਚਾਰਨਾ ਹੈ ਉਸ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਅਤ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰਾਂ ਦੇ ਮੁਬਾਰਕ ਸ਼ਬਦ ਨੂੰ ਜਿੱਥੇ ਅਸੀਂ ਵਿਚਾਰਨਾ ਹੈ ਤਨ ਤਨ ਭਗਤ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ ਉਸ ਬਾਬਤ ਕੁਝ ਵਿਚਾਰਾਂ ਨੂੰ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿਗੁਰੂ ਕਿਰਪਾ ਕਰਨ ਸਿਰ ਦੇ ਉੱਤੇ ਮੇਹਰ ਪਰਿਆ ਹੱਥ ਰੱਖ ਕੇ ਸੇਵਾ ਲੈਣ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਫਤਿਹ ਦੇ ਨਾਲ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਯੁਕਤ ਰਚਨਾ ਦੇ ਵਿੱਚ ਮੁੱਖ ਤੌਰ ਦੇ ਉੱਤੇ ਜੋ 31 ਰਾਗ ਨੇ ਉਹਨਾਂ ਦੇ ਵਿੱਚ ਤੀਜਾ ਰਾਗ ਹੈ ਗੌੜੀ ਗੁਰਮਤ ਸੰਗੀਤ ਕੀਰਤਨ ਦੇ ਅਨੁਸਾਰ ਦਿਨ ਦੇ ਲਗਭਗ ਆਖਰੀ ਪਹਿਰ ਦੇ ਵਿੱਚ ਇਸ ਨੂੰ ਰਾਗ ਇਸ ਰਾਗ ਨੂੰ ਗਾਇਨ ਕਰਨ ਦਾ ਸਮਾਂ ਹੈ। ਔਰ ਜਦੋਂ ਇਸ ਰਾਗ ਦੇ ਬਾਬਤ ਅਸੀਂ ਹੋਰ ਜਾਣਕਾਰੀ ਵੇਖੀਏ ਅਕਾਰ ਵਾਲੇ ਪਾਸੇ ਤੋਂ ਸਭ ਤੋਂ ਜ਼ਿਆਦਾ ਵੱਡਾ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੌੜੀ ਰਾਗ ਹੈ ਇਸ ਪਾਵਨ ਰਾਗ ਦੇ ਵਿੱਚ ਅੱਜ ਦਾ ਜੋ ਸਾਡਾ ਇਹ ਸ਼ਬਦ ਹੈ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ अर्जुन ਸਹਿ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਿਤ ਹੋਇਆ ਹੈ ਗੌੜੀ ਮਹੱਲਾ ਪੰਜਵਾਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਧੰਨ ਉਹ ਮਸਤਕ ਧੰਨ ਤੇਰੇ ਨੇਤ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਹਜ਼ੂਰ ਜੀ ਇਸ ਗੱਲ ਨੂੰ ਆਖਦੇ ਨੇ ਐ ਵਾਹਿਗੁਰੂ ਉਹ ਮਸਤਕ ਤਨ ਹੈ ਉਹ ਮੱਥਾ ਤਨ ਹੈ ਉਹ ਨੇਤਰ ਵੀ ਤਨ ਨੇ ਹਜ਼ੂਰ ਜੀ ਕਿਹੜਾ ਮੱਥਾ ਕਿਹੜੇ ਨੇਤਰ ਤਨ ਨੇ ਤੇ ਪਾਤਸ਼ਾਹ ਨੇ ਆਖਿਆ ਤਨ ਓਏ ਭਗਤ ਜਿਨ ਤੁਮ ਸੰਗ ਹੀਤ ਉਹ ਭਗਤ ਵੀ ਤਨ ਐ ਵਾਹਿਗੁਰੂ ਜਿਨ੍ਹਾਂ ਨੂੰ ਤੇਰੇ ਨਾਲ ਪਿਆਰ ਪੈ ਗਿਆ ਹੈ ਜਿਨ੍ਹਾਂ ਦਾ ਧਿਆਨ ਤੇਰੇ ਵੱਲ ਹੋ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਅਸੀਂ ਵਿਚਾਰਦੇ ਹਾਂ ਤਾਂ ਸਹਿਬਾਂ ਨੇ ਸਾਡੇ ਕਰਮ ਇੰਦਰੀਆਂ ਸਾਡੇ ਗਿਆਨ ਇੰਦਰੀਆਂ ਇਹਨਾਂ ਦੀ ਸਫਲਤਾ ਦੇ ਬਾਰੇ ਦੋ ਸਾਧਨ ਆਖੇ ਨੇ ਇੱਕ ਹੈ ਸੇਵਾ ਜਿਹੜੀ ਕਿ ਸਾਡੇ ਕਰਮ ਇੰਦਰੀਆਂ ਦੇ ਨਾਲ ਹੱਥਾਂ ਦੇ ਨਾਲ ਪੈਰਾਂ ਦੇ ਨਾਲ ਇਹ ਸੇਵਾ ਕੀਤਿਆਂ ਸਾਡੇ ਕਰਮ ਇੰਦਰੇ ਸਫਲ ਹੁੰਦੇ ਨੇ ਦੂਜੀ ਸੇਵਾ ਹੈ ਸਤਿਗੁਰਾਂ ਦੇ ਘਰ ਦੇ ਵਿੱਚ ਸਿਮਰਨ ਇਹ ਕਰਦਿਆਂ ਸਾਡੇ ਗਿਆਨ ਇੰਦਰੇ ਸਫਲ ਹੁੰਦੇ ਨੇ ਔਰ ਹਜ਼ੂਰ ਨੇ ਮੁੱਖ ਤੌਰ ਦੇ ਉੱਤੇ ਮਸਤਕ ਦੇ ਬਾਰੇ ਨਿਤਰਾ ਦੇ ਬਾਰੇ ਇਸ ਪਵਨ ਸ਼ਬਦ ਦੇ ਅੰਦਰ ਗੱਲ ਕੀਤੀ ਹੈ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਜਿਸ ਵੇਲੇ ਅਸੀਂ ਗੁਰ ਅਸਥਾਨ ਦੇ ਉੱਤੇ ਆਉਂਦੇ ਹਾਂ ਸਿੱਖ ਨੇ ਉਸ ਵੇਲੇ ਨੂੰ ਵਾਕਿਆ ਹੀ ਭਾਗਾਂ ਵਾਲਾ ਜਾਣਣਾ ਹੁੰਦਾ ਹੈ ਸਿਰਫ ਸਿੱਖ ਇਸ ਗੱਲ ਨੂੰ ਪੜ੍ਹੇ ਨਾ ਕਿ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਸਿੱਖ ਇਹਨੂੰ ਮਹਿਸੂਸ ਵੀ ਕਰੇ ਕਿ ਵਾਕਿਆ ਹੀ ਇੱਕ ਕਿੰਨਾ ਸਫਲ ਵੇਲਾ ਹੈ ਕਿ ਦਾਤਾਰ ਨੇ ਮੈਨੂੰ ਇਹ ਸਮਾਂ ਬਖਸ਼ਿਆ ਹੈ ਮੈਂ ਸਤਗੁਰਾਂ ਦੇ ਅਸਥਾਨ ਦੇ ਉੱਤੇ ਆ ਕੇ ਬੈਠਾ ਹੋਇਆ ਹਾਂ ਸਿੱਖ ਭਾਗਾਂ ਵਾਲਾ ਸਮਝੇ ਆਪਣੇ ਆਪ ਨੂੰ ਮੇਰਾ ਮੱਥਾ ਕਿੰਨਾ ਭਾਗਾ ਵਾਲਾ ਹੈ ਜਿਹੜਾ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅਸਥਾਨ ਦੇ ਉੱਤੇ ਆ ਕੇ ਝੁਕਦਾ ਪਿਆ ਹੈ ਇਹਦੀ ਛੋਟੀ ਜੀ ਉਦਾਹਰਣ ਅਸੀਂ ਇਤਿਹਾਸ ਦੇ ਵਿੱਚੋਂ ਵੇਖ ਲਈਏ ਸਤਗੁਰਾਂ ਦੇ ਕੋਲ ਆਉਣਾ ਸਤਗੁਰਾਂ ਦੇ ਦਰਸ਼ਨ ਕਰਨੇ ਸਿੱਖ ਕਿੰਨੇ ਭਾਗਾ ਵਾਲਾ ਸਮਝੇ ਆਪਣੇ ਆਪ ਨੂੰ ਰਸਮੀ ਤੌਰ ਦੇ ਉੱਤੇ ਨਹੀਂ ਇੱਕ ਦਿਨ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਨਾਲ ਗੱਲ ਕਰਦੇ ਪਏ ਸੀ ਗੱਲ ਕਰਦਿਆਂ ਕਰਦਿਆਂ ਆਖਣ ਲੱਗ ਪਏ ਕਿ ਅਸੀਂ ਬੜੇ ਭਾਗਾ ਵਾਲੇ ਹਾਂ ਅਸੀਂ ਧਨ ਹਾਂ ਬੇਬੇ ਨਾਨਕੀ ਜੀ ਇੱਕ ਵਾਰ ਤੇ ਹੈਰਾਨ ਹੋਏ ਗੱਲ ਸੁਣਦੇ ਉਹ ਕਹਿਣ ਲੱਗੇ ਅੱਜ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਤੁਸੀਂ ਗੱਲ ਕਰਦੇ ਆ ਇਹ ਆਖ ਦਿੱਤਾ ਹੈ ਕਿ ਅਸੀਂ ਬੜੇ ਧੰਨ ਹਾਂ ਬੜੇ ਭਾਗਾ ਵਾਲੇ ਹਾਂ ਭਾਈ ਜੈ ਰਾਮ ਜੀ ਕਹਿਣ ਲੱਗੇ ਤੁਹਾਡਾ ਭਰਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆ ਦਾ ਮਾਲਕ ਹੈ ਦੁਨੀਆ ਉਹਨਾਂ ਦੇ ਚਰਨਾਂ ਦੇ ਉੱਤੇ ਝੁਕਦੀ ਹੈ ਦੁਨੀਆ ਉਹਨਾਂ ਦੇ ਕੋਲੋਂ ਰਾਹ ਪੁੱਛਦੀ ਹੈ ਤੁਹਾਡੇ ਕਰਕੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜਿਹਦੇ ਕੋਲੋਂ ਦੁਨੀਆ ਰਾਹ ਪੁੱਛਦੀ ਹੈ ਉਹ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਘਰ ਤੋਂ ਪ੍ਰਸ਼ਾਦਾ ਛਕ ਜਾਂਦਾ ਹੈ ਤੁਸੀਂ ਗੁਰਨਾਨਕ ਦੇ ਭੈਣ ਹੋ ਇਸ ਕਰਕੇ ਤੁਸੀਂ ਧੰਨ ਹੋ ਸਾਡਾ ਤੁਹਾਡੇ ਨਾਲ ਸੰਬੰਧ ਜੁੜ ਗਿਆ ਹੈ ਸਾਡਾ ਤੁਹਾਡੇ ਨਾਲ ਨਾਤਾ ਜੁੜ ਗਿਆ ਹੈ ਤੁਹਾਡੇ ਕਰਕੇ ਅਸੀਂ ਵੀ ਧੰਨ ਹੋ ਗਏ ਹਾਂ ਭਾਈ ਜੈ ਰਾਮ ਜੀ ਆਪਣੇ ਆਪ ਨੂੰ ਇੰਨਾ ਧੰਨ ਮੰਨਦੇ ਨੇ ਸਿੱਖ ਨੇ ਜਿਸ ਵੇਲੇ ਗੁਰੂ ਦਰਬਾਰ ਦੇ ਵਿੱਚ ਆਉਣਾ ਹੁੰਦਾ ਹੈ ਇਹ ਲਫ਼ਜ਼ੀ ਗੱਲ ਨਹੀਂ ਹੈ ਕਿ ਸਿੱਖ ਪੜੇ ਕੁਰਬਾਨ ਜਾਈ ਉਸ ਵੇਲੇ ਸੁਹਾਵੀ ਜਿਤ ਤੁਮਰੇ ਦਵਾਰੈ ਆਇਆ ਸਿੱਖ ਵਾਕਿਆ ਹੀ ਕੁਰਬਾਨ ਜਾਵੇ ਉਸ ਵੇਲੇ ਨੂੰ ਜਿਹੜਾ ਸਿੱਖ ਕੁਰਬਾਨ ਜਾਵੇਗਾ ਜਿਹੜੇ ਸਿੱਖ ਨੂੰ ਲੱਗੇਗਾ ਕਿ ਐ ਵਾਹਿਗੁਰੂ ਤੇਰੇ ਦਰ ਦੇ ਉੱਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਮਰਦ ਕਹਿੰਦੇ ਉਸ ਸਿੱਖ ਦਾ ਲਗਾਇਆ ਹੋਇਆ ਮਸਤਕ ਤਨ ਹੈ ਭਈ ਗੁਰਦਾਸ ਸਾਹਿਬ ਕਹਿੰਦੇ ਨੇ ਸਤਗੁਰ ਸ਼ਰਣੀ ਜਾਏ ਸੀਸ ਨਿਵਾਇਆ ਗੁਰ ਚਰਣੀ ਚਿਤ ਲਾਏ ਮੱਥਾ ਲਾਇਆ ਸਿੱਖ ਨੇ ਆਪਣਾ ਸਿਰ ਅਰਪਣ ਕਰਨਾ ਸੀ ਸਿੱਖ ਨੇ ਮਸਤਕ ਅਰਪਣ ਕਰਨਾ ਹੈ ਤੇ ਜਿੰਨੇ ਮਸਤਕ ਅਰਪਣ ਕਰ ਦਿੱਤਾ ਹਜ਼ੂਰ ਕਹਿੰਦੇ ਨੇ ਉਹ ਮਸਤਕ ਤਨ ਹੈ ਸੱਚੇ ਪਾਤਸ਼ਾਹ ਜਿਹੜਾ ਤੇਰੇ ਦਰ ਦੇ ਉੱਤੇ ਆ ਕੇ ਝੁਕ ਗਿਆ ਹੈ। ਗੁਰੂ ਰਾਮਦਾਸ ਸਾਹਿਬ ਦਾ ਤਾਰਦੀ ਨੇ ਦੋ ਗੱਲਾਂ ਆਪਣੇ ਜੀਵਨ ਦੇ ਬਾਰੇ ਵਿਚਾਰੀਆਂ ਨੇ। ਇੱਕ ਹੁੰਦੀਆਂ ਨੇ ਉਹ ਗੱਲਾਂ ਜਦੋਂ ਮਹਾਪੁਰਖ ਆਪਣੇ ਜੀਵਨ ਦੇ ਤਜਰਬਿਆਂ ਨੂੰ ਬੋਲਦੇ ਨੇ। ਔਰ ਇੱਕ ਉਹਨਾਂ ਨੇ ਹਾਲਤ ਉਹ ਬੋਲੀ ਹੈ ਜੋ ਉਹਨਾਂ ਦੇ ਜੀਵਨ ਦੀ ਮੁਢਲੀ ਹਾਲਤ ਹੈ ਸਾਡੇ ਵਰਗਿਆਂ ਨੂੰ ਸਮਝਾਉਣ ਦੀ ਖਾਤਰ ਤੇ ਇੱਕ ਸੱਚੇ ਪਾਤਸ਼ਾਹ ਜੀ ਨੇ ਜੀਵਨ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ ਜਿਹੜੀ ਅਵਸਥਾ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਮਸਤਕ ਸਤਿਗੁਰੂ ਗੁਰੂ ਰਾਂ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਭੇਟ ਕੀਤਾ ਤੇ ਗੁਰੂ ਅਮਰਦਾਸ ਸਹਿ ਮਹਾਰਾਜ ਨੇ ਕੀ ਬਰਕਤਾਂ ਕੀਤੀਆਂ ਨੇ ਉਨੋ ਦੋਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਉਂਦਾ ਹੈ। ਪਹਿਲੀ ਅਵਸਥਾ ਦੇ ਬਾਰੇ ਦਾਤਾਰ ਬਖਸ਼ਿਸ਼ ਕਰਦੇ ਨੇ ਆਪਾਂ ਮੰਗਲ ਦੇ ਵਿੱਚ ਸ਼ਬਦ ਪੜਿਆ ਹੈ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣੋ ਅਪੇ ਮਹਾਰਾਜ ਜਿਸ ਦਿਨ ਮੇਰਾ ਤੇਰੇ ਕਰਦੇ ਨਾਲ ਸੰਬੰਧ ਨਹੀਂ ਸੀ ਜੁੜਿਆ ਜੋ ਮੇਰੇ ਜੀਵਨ ਦੀ ਹਾਲਤ ਸੀ ਉਹ ਕਿਸੇ ਤੋਂ ਲੁਕੀ ਹੋਈ ਥੋੜਾ ਹੈ ਕੌਣ ਨਹੀਂ ਜਾਣਦਾ ਮੇਰੇ ਜੀਵਨ ਦੀ ਉਸ ਹਾਲਤ ਨੂੰ ਜੋ ਹਮਰੀ ਬਿਦਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਤੁਸੀਂ ਸਾਡੀ ਕਦਰ ਨਾ ਕਰਦੇ ਐ ਗੁਰੂ ਹਰਕ੍ਰਿਸ਼ਨ ਸਾਹਿਬ ਤੁਸੀਂ ਸਾਡੇ ਵੱਲ ਨਾ ਵੇਖੋ ਤੇ ਸਾਡੀ ਬਾਤ ਕਿੰਨੇ ਪੁੱਛਣੀ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਇਹੀ ਤੇ ਆਖਿਆ ਸੀ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੀ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮਹਾਰਾਜ ਤੇ ਤੇਰੀ ਬਖਸ਼ਿਸ਼ ਹੈ ਸਾਡੇ ਵਰਗੇ ਕੀੜਿਆਂ ਨੂੰ ਤੈਨਵਾਜ ਦਿੱਤਾ ਹੈ ਤਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੇ ਆ ਚੁਕੇ ਸਭ ਸੋਗ ਸੰਤਾਪੇ ਸਿਖਾਨੇ ਗੁਰੂ ਰਾਮਦਾਸ ਸਹਿ ਮਹਾਰਾਜ ਨੂੰ ਆਖਿਆ ਦਾਤਾਰ ਜੀ ਆਪਣਾ ਜ਼ਾਤੀ ਤਜਰਬਾ ਦੱਸੋ ਜਿਸ ਵੇਲੇ ਤੁਸੀਂ ਗੁਰੂ ਅਮਰਦਾਸ ਸਹਿ ਮਹਾਰਾਜ ਦੇ ਘਰ ਦੇ ਵਿੱਚ ਆਏ ਮਹਾਰਾਜ ਇੰਨੀ ਸੰਗਤ ਮੱਥਾ ਟੇਕਦੀ ਹੈ ਸਤਿਗੁਰਾਂ ਨੂੰ ਇੰਨੀ ਸੰਗਤ ਸਤਿਗੁਰਾਂ ਦੇ ਕੋਲ ਆਉਂਦੀ ਹੈ ਤੁਸੀਂ ਵੀ ਉਸੇ ਸਤਿਗੁਰੂ ਦੇ ਘਰ ਦੇ ਵਿੱਚ ਰਹਿੰਦੇ ਜੇ ਤੁਹਾਡੀ ਅਵਸਥਾ ਕੁਝ ਹੋਰ ਹੈ ਸਾਨੂੰ ਦੱਸੋ ਜਿਸ ਵੇਲੇ ਤੁਸੀਂ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ ਉਸ ਵੇਲੇ ਤੁਹਾਡੇ ਜੀਵਨ ਦੀ ਹਾਲਤ ਅਵਸਥਾ ਕੀ ਹੈ ਤੇ ਗੁਰੂ ਰਾਮਦਾਸ ਸਾਹਿਬ ਕਹਿਣ ਲੱਗੇ ਸਿੱਖੋ ਮੇਰੇ ਉੱਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਮੇਰੇ ਉੱਤੇ ਗੁਰੂ ਅਮਰਦਾਸ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਮੇਰਾ ਹਿਰ ਹੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਨ ਲਥ ਕਿੰਨਾ ਭਾਗਾ ਵਾਲਾ ਹੈ ਸਾਡਾ ਮੱਥਾ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਨੇ ਇਸ ਮਸਤਕ ਦੇ ਉੱਤੇ ਹੱਥ ਰੱਖਿਆ ਹੈ ਸਾਡੇ ਜਨਮਾਂ ਜਨਮਾਂਤਰਾਂ ਦੇ ਜੋ ਵਿਕਾਰਾਂ ਦਾ ਕਰਜ਼ਾ ਚੜਿਆ ਹੋਇਆ ਸੀ ਸਾਡੇ ਉੱਤੇ ਉਹ ਸਾਰਾ ਹੀ ਉਤਰ ਗਿਆ ਗੁਰੂ ਨੇ ਨਾਮ ਦੀ ਬਖਸ਼ਿਸ਼ ਸਾਡੇ ਉੱਤੇ ਏਦਾਂ ਦੀ ਕਰ ਦਿੱਤੀ ਹੈ ਸਾਡਾ ਮੱਥਾ ਇੰਨੇ ਭਾਗਾ ਵਾਲਾ ਹੈ ਸਾਡਾ ਮਸਤਕ ਇੰਨਾ ਭਾਗਾ ਵਾਲਾ ਸਿੱਖ ਆਪਣੇ ਆਪ ਨੂੰ ਇੰਨੇ ਭਾਗਾ ਵਾਲਾ ਜਾਣ ਕੇ ਆਵੇ ਤੇ ਫਿਰ ਹਜ਼ੂਰ ਇਸ ਗੱਲ ਨੂੰ ਆਖਦੇ ਨੇ ਕਿ ਐ ਸੱਚੇ ਪਾਤਸ਼ਾ ਉਹ ਮਸਤਕ ਤਨ ਜਿਹੜਾ ਤੇਰੇ ਦਵਾਰੇ ਦੇ ਉੱਤੇ ਆ ਕੇ ਤੇ ਆਪਣਾ ਸੀਸ ਤੇਰੇ ਅੱਗੇ ਪੇਟ ਕਰਦਾ ਪਿਆ ਹੈ ਉਹ ਮਸਤਕ ਉੱਤਮ ਜਿਹੜਾ ਤੇਰੇ ਦਵਾਰੇ ਦੇ ਉੱਤੇ ਆ ਗਿਆ ਤੇ ਫਿਰ ਹਜ਼ੂਰ ਨੇ ਆਖਿਆ ਤਨ ਤੇਰੇ ਨੇਤ ਐ ਵਾਹਿਗੁਰੂ ਉਹ ਨਿਤ ਤਨ ਜਿਹੜੇ ਤੇਰੇ ਹੋ ਗਏ ਨੇ ਇਹਦਾ ਮਤਲਬ ਹੈ ਕਿ ਦ੍ਰਿਸ਼ਟੀ ਦੇ ਵਿੱਚ ਦੋ ਤਰੀਕੇ ਦੇ ਨੇਤਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰਮਤ ਦੋ ਤਰੀਕੇ ਦੇ ਨੇਤਰਾਂ ਦੀ ਗੱਲ ਕਰਦੀ ਹੈ ਇੱਕ ਨੇਤਰ ਉਹ ਨੇ ਜਿਹੜੇ ਸਤਗੁਰੂ ਦੇ ਆਉਣ ਤੋਂ ਪਹਿਲਾਂ ਸੰਸਾਰ ਵੇਖਦੇ ਨੇ ਇੱਕ ਨੇਤਰ ਉਹ ਨੇ ਜਿਹੜੇ ਸਤਗੁਰੂ ਦੀ ਦ੍ਰਿਸ਼ਟੀ ਦੇ ਨਾਲ ਸੰਸਾਰ ਵੇਖਦੇ ਨੇ ਭਾਈ ਗੁਰਦਾਸ ਸਾਹਿਬ ਜੀ ਨੇ ਇਹਨਾਂ ਨੂੰ ਇੱਕੋ ਪੰਕਤੀ ਦੇ ਵਿੱਚ ਆਖਿਆ ਹੈ ਗੁਰ ਸਿੱਖ ਸੰਧ ਮਿਲੇ 2021 ਈਸ ਇਤ ਤੇ ਉਲੰਘ ਉਤ ਜਾਏ ਠਹਿਰਾਵਈ ਚਰਮ ਦ੍ਰਿਸ਼ਟ ਮੂੰਦ ਪੇਖੈ ਦਿਵ ਦ੍ਰਿਸ਼ਟਕ ਜਗ ਮਗ ਜੋਤ ਊਨ ਮਨੀ ਸੁਧ ਪਾਵੇ ਇਕ ਹੈ ਚਰਮ ਦ੍ਰਿਸ਼ਟੀ ਇਕ ਹੈ ਦਿਵ ਦ੍ਰਿਸ਼ਟੀ ਚਰਮ ਦ੍ਰਿਸ਼ਟੀ ਦੇ ਵਿੱਚ ਐਹੀ ਨਜ਼ਰ ਆਉਂਦਾ ਹੈ ਮੈਂ ਇਹਦੇ ਤੋਂ ਅੱਗੇ ਹਾਂ ਇਹ ਮੇਰੇ ਤੋਂ ਪਿੱਛੇ ਹੈ ਮੇਰਾ ਰੰਗ ਕੋਈ ਹੋਰ ਹੈ ਇਹਦਾ ਰੰਗ ਕੋਈ ਹੋਰ ਹੈ ਮੈਂ ਉੱਚਾ ਹਾਂ ਇਹ ਨੀਵਾ ਹੈ ਮੈਂ ਅੱਗੇ ਹਾਂ ਇਹ ਪਿੱਛੇ ਹਾਂ ਇਸ ਇਹ ਪਿੱਛੇ ਹੈ ਇਹ ਸਾਰੀ ਚਰਮ ਦ੍ਰਿਸ਼ਟੀ ਹੈ। ਦਿਵ ਦ੍ਰਿਸ਼ਟੀ ਫਿਰ ਇਹ ਕਹਿੰਦੀ ਹੈ ਬੁਰਾ ਭਲਾ ਕਹੋ ਕਿਸਨੋਂ ਕਹੀਐ ਸਗਲੇ ਜੀ ਤੇਮਾਰੇ। ਦਿਵ ਦ੍ਰਿਸ਼ਟੀ ਇਹ ਆਖਦੀ ਹੈ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ। ਦਿਵ ਦ੍ਰਿਸ਼ਟੀ ਇਹ ਹੈ। ਹਜ਼ੂਰ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੇ ਬਚਨ ਜਦੋਂ ਅਸੀਂ ਪੜਦੇ ਹਾਂ। ਹਰ ਨੇਤਰ ਨੂੰ ਤੰਨ ਨਹੀਂ ਜੇ ਆਖਿਆ। ਸਿਰਫ ਉਸ ਨੇਤਰ ਨੂੰ ਮਹਾਰਜ ਨੇ ਧੰਨ ਆਖਿਆ ਹਜ਼ੂਰ ਕਹਿੰਦੇ ਐ ਵਾਹਿਗੁਰੂ ਜਿਹੜੇ ਤੇਰੇ ਹੋ ਗਏ ਨੇ ਤੇ ਜਿਹੜੇ ਹੋ ਹੀ ਉਹਦੇ ਗਏ ਉਹ ਆਪਣੀ ਮਰਜ਼ੀ ਨਾਲ ਕੀ ਵੇਖਣਗੇ ਉਹ ਤੇ ਉਹਦੇ ਵਾਂਗ ਵੇਖਣਗੇ ਫਿਰ ਉਹ ਜਿੱਦਾਂ ਉਹ ਵਿਖਾਉਣਾ ਚਾਹੁੰਦਾ ਹੈ ਫਿਰ ਉਹ ਉਦਾਂ ਵੇਖਣਗੇ ਨੇਤਰ ਉਹ ਮੇਰ ਤੇਰ ਦੇ ਨਾਲ ਨਹੀਂ ਵੇਖਣਗੇ ਗੁਰੂ ਅਮਰਦਾਸ ਐ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰਨੇ ਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦਿਬਦ੍ਰਿਸ਼ਟ ਹੋਈ ਹਜ਼ੂਰ ਨੇ ਆਖਿਆ ਇਹ ਪਹਿਲਾ ਨੇਤਰ ਤੇ ਇਦਾਂ ਹੀ ਸੀ ਜਿੱਦਾਂ ਇਹਨਾਂ ਨੂੰ ਕੁਝ ਨਜ਼ਰ ਹੀ ਨਾ ਆਉਂਦਾ ਹੋਵੇ ਮਹਾਰਾਜ ਇਹਨਾਂ ਨੂੰ ਕੁਝ ਤੇ ਨਜ਼ਰ ਆਉਂਦਾ ਹੈ ਤੇ ਸੱਚੇ ਪਾਤਸ਼ਾਹ ਨੇ ਆਖਿਆ ਜੋ ਨਜ਼ਰ ਆਉਂਦਾ ਹੈ ਇਹਨੂੰ ਲਿਖ ਕੇ ਵੀ ਤੇ ਵੇਖੋ ਕੀ ਨਜ਼ਰ ਆਉਂਦਾ ਹੈ ਮੇਰ ਤੇਰ ਤੋਂ ਬਿਨਾ ਕੁਝ ਨਜ਼ਰ ਆਉਂਦਾ ਹੋਵੇ ਤੇ ਫਿਰ ਤੁਸੀਂ ਹੋਰ ਵੀ ਦੱਸ ਦਿਓ ਕਹ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਆ ਦਿਵ ਦ੍ਰਿਸ਼ਟ ਹੋਈ ਸਤਗੁਰੂ ਮਿਲੇ ਤੇ ਸਾਡੀ ਦ੍ਰਿਸ਼ਟੀ ਸਾਡਾ ਵੇਖਣਾ ਹੀ ਕੁਝ ਹੋਰ ਹੋ ਗਿਆ ਇਹਦੇ ਲਈ ਵੀ ਇਤਿਹਾਸ ਨੇ ਦੋ ਉਦਾਹਰਨਾਂ ਸਾਡੇ ਸਾਹਮਣੇ ਰੱਖੀਆਂ ਨੇ ਸਾਹਿਬ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਨੂੰ ਅਸੀਂ ਲੈ ਲਈਏ। ਬਾਬੇ ਨਾਨਕੀ ਜੀ ਦੇ ਕੋਲ ਭਾਈ ਮਰਦਾਨਾ ਜੀ ਨੂੰ ਸਤਗੁਰਾਂ ਗੁਰੂ ਨਾਨਕ ਸਾਹਿਬ ਨੇ ਭੇਜਿਆ ਕਿ ਰਬਾਬ ਲੈਣ ਜਾਣਾ ਹੈ। ਸਾਡੇ ਕੋਲ ਤੇ ਇਸ ਵੇਲੇ ਮਾਇਆ ਨਹੀਂ। ਬਾਬੇ ਨਾਨਕੀ ਦੇ ਕੋਲੋਂ ਪੈਸੇ ਲੈ ਆਓ। ਭਾਈ ਮਰਦਾਨਾ ਜੀ ਬਾਬੇ ਨਾਨਕੀ ਦੇ ਕੋਲ ਗਏ। ਬਾਬੇ ਨਾਨਕੀ ਜੀ ਨੂੰ ਕਹਿੰਦੇ ਬਾਬੇ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ ਕਿ ਪੈਸੇ ਚਾਹੀਦੇ ਨੇ ਬੇਬੇ ਨਾਨਕੀ ਕਹਿੰਦੇ ਵੀਰ ਨੂੰ ਆਖਿਓ ਪੈਸੇ ਜਿਨੇ ਮਰਜ਼ੀ ਲੈ ਜਾਵੇ ਇੱਕ ਵਾਰ ਦਰਸ਼ਨ ਤੇ ਦੇਵੇ ਇੱਕ ਵਾਰ ਮਿਲਤੇ ਜਾਵੇ ਆ ਕੇ ਤਾਂ ਹੀ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭੈਣ ਦਾ ਸੁਨੇਹਾ ਦੇ ਦਿੱਤਾ ਕਿ ਬੇਬੇ ਯਾਦ ਕਰਦੀ ਹੈ ਹਜ਼ੂਰ ਗੁਰੂ ਨਾਨਕ ਸਾਹਿਬ ਭੈਣ ਨੂੰ ਮਿਲਣ ਦੇ ਲਈ ਤੁਰਪੇ ਮਹਾਰਾਜ ਜੀ ਜਿਸ ਵੇਲੇ ਘਰ ਦੇ ਵਿੱਚ ਦਾਖਲ ਹੋਏ ਗੁਰੂ ਬਖਸ਼ ਲਵੇ ਬੇਬੇ ਨਾਨਕੀ ਜੀ ਨੇ ਸਤਗੁਰਾਂ ਨੂੰ ਵੇਖਿਆ ਤੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ ਬੇਬੇ ਨਾਨਕੀ ਜੀ ਨੇ ਸਤਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਜਨਮ ਸਾਖੀਆਂ ਇਸ ਗੱਲ ਨੂੰ ਆਖਦੀਆਂ ਨੇ ਹਜ਼ੂਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭੈਣ ਤੂੰ ਸੰਸਾਰ ਦੇ ਨਾਲੋਂ ਵੱਖਰੀ ਰੀਤ ਕਰਦੀ ਹੈਂ ਮੈਂ ਇਸੇ ਕਰਕੇ ਤੇਰੇ ਘਰ ਦੇ ਵਿੱਚ ਨਹੀਂ ਆਉਂਦਾ ਤੂੰ ਸਾਡੇ ਨਾਲੋਂ ਉਮਰ ਦੇ ਵਿੱਚ ਵੱਡੀ ਹੈ ਚੰਗਾ ਨਹੀਂ ਲੱਗਦਾ ਤੂੰ ਸਾਡੇ ਪੈਰਾਂ ਨੂੰ ਹੱਥ ਲਾਵੇ ਬੇਬੇ ਨਾਨਕੀ ਅੱਗੋਂ ਆਖਦੀ ਹੈ ਵੀਰ ਸੱਚ ਕਰਕੇ ਜਾਣੀ ਇਸ ਗੱਲ ਨੂੰ ਤੈਨੂੰ ਭਰਾ ਕਰਕੇ ਥੋੜਾ ਤੈਨੂੰ ਤੇ ਰੱਬ ਕਰਕੇ ਮੱਥਾ ਟੇਕਦੀ ਇਹ ਉਹ ਬੇਬੇ ਨਾਨਕੀ ਹੈ ਜਿਸ ਵੇਲੇ ਸੱਚੇ ਪਾਤਸ਼ਾਹ ਦੀ ਵੇਂਹ ਦੇ ਵਿੱਚ ਤਿੰਨ ਦਿਨ ਅਲੋਪ ਰਹੇ ਸਾਰੇ ਕਹਿੰਦੇ ਸੀ ਗੁਰੂ ਨਾਨਕ ਨਜ਼ਰ ਨਹੀਂ ਆਉਂਦਾ ਮਨਾਂ ਚ ਹੋਰ ਖਿਆਲ ਸੀ ਬੇਬੇ ਨਾਨਕੀ ਆਖਦੀ ਸੀ ਦੁਨੀਆ ਨੂੰ ਤਾਰਨ ਆਇਆ ਹੈ ਕਿਸੇ ਪਾਸੇ ਨਹੀਂ ਜਾਵੇਗਾ ਇੱਥੇ ਹੀ ਹੈ ਉਸ ਦ੍ਰਿਸ਼ਟੀ ਦੇ ਨਾਲ ਜਿਹੜੇ ਬੰਦੇ ਵੇਖਦੇ ਨੇ ਮਹਾਰਜ ਨੇ ਆਖਿਆ ਸੱਚੇ ਪਾਤਸ਼ਾਹ ਉਹ ਨੇਤਰ ਕਿੰਨੇ ਤਨ ਨੇ ਉਹ ਤਨ ਨੇਤਰ ਨੇ ਹਜ਼ੂਰ ਜਿਹੜੇ ਤੇਰੇ ਦਰਸ਼ਨਾਂ ਨੂੰ ਕਰ ਲੈਂਦੇ ਨੇ ਜਿਹੜੇ ਵਾਕਿਆ ਹੀ ਇਸ ਅਵਸਥਾ ਦੇ ਵਿੱਚ ਤੈਨੂੰ ਵੇਖ ਲੈਂਦੇ ਨੇ ਨਿਤ ਹਜ਼ੂਰ ਆਖਦੇ ਨੇ ਸਤਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਤਰ ਸ਼ਬਦ ਨਾ ਕਰੇ ਵਿਚਾਰ ਕਈਆਂ ਨੇ ਤੇ ਕੱਲਾ ਵੇਖਿਆ ਹੀ ਐ ਵੇਖਦੇ ਬਹੁਤ ਨੇ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਬੇਬੇ ਨਾਨਕੀ ਦੇ ਵਾਂਗ ਵੇਖਣਾ ਹੈ ਉਸ ਦ੍ਰਿਸ਼ਟੀ ਦੇ ਵਿੱਚ ਵਾਕਿਆ ਹੀ ਭਾਈ ਲੈਣਾ ਜੀ ਦੇ ਵਾਂਗ ਵੇਖਣਾ ਹੈ ਭਾਈ ਕਨਈਆ ਜੀ ਦੀ ਗੱਲ ਤੇ ਅਕਸਰ ਵਿਚਾਰੀ ਜਾਂਦੀ ਹੈ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ਿਕਾਇਤ ਚਲੀ ਗਈ ਮਹਾਰਾਜ ਇਹ ਤੇ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦੇ ਨੇ ਪਾਈ ਕਨਈਆ ਜੀ ਨੂੰ ਮਹਾਰਾਜ ਨੇ ਬੁਲਾਇਆ ਪਾਈ ਕਨਈਆ ਜੀ ਕਹਿੰਦੇ ਮਹਾਰਾਜ ਦੁਸ਼ਮਣ ਤੇ ਮੈਨੂੰ ਨਜ਼ਰ ਹੀ ਨਹੀਂ ਆਉਂਦੇ ਮੈਨੂੰ ਤਾਂ ਤੁਸੀਂ ਨਜ਼ਰ ਆਉਂਦੇ ਜੇ ਮੈਂ ਤਾਂ ਤੁਹਾਨੂੰ ਪਾਣੀ ਪਿਉਣਾ ਤੈਨੂੰ ਪਿਆ ਪਿਲਾਵਾ ਪਾਣੀ ਸਿਰ ਮੇਰੇ ਦੇ ਸਾਈਂ ਤੁਰਕ ਅਤੁਰਕ ਨਾ ਦਿਸਦਾ ਕੋਈ ਮੈਨੂੰ ਤੂੰ ਦਿਸਿਆ ਹੀ ਉਹ ਨੇਤਰ ਧਨ ਆਖੇ ਪਾਦਸ਼ਾਹ ਨੇ ਐ ਵਹੀ ਗੁਰੂ ਜਿਨ੍ਹਾਂ ਨੇਤਰਾਂ ਦੇ ਵਿੱਚੋਂ ਮੇਰ ਤੇਰ ਮੁੱਕ ਗਈ ਜਿਨ੍ਹਾਂ ਨੇਤਰਾਂ ਦੇ ਵਿੱਚੋਂ ਇਹ ਭਾਵਨਾ ਹੀ ਖਤਮ ਹੋ ਗਈ ਕਿ ਅਸੀਂ ਇਸ ਗੱਲ ਨੂੰ ਕਹਿੰਦੇ ਫਿਰিয়ে ਜੀ ਉਹਦੀ ਜਾਤੀ ਹੋਰ ਉਹਦਾ ਰੰਗ ਹੋਰ ਉਹਦਾ ਫਲਾਣਾ ਹੋਰ ਉਹਦੀ ਆ ਗੱਲ ਹੋਰ ਨਹੀਂ ਸੱਚੇ ਪਾਤਸ਼ਾਹ ਉਹ ਸਾਰੇ ਹੀ ਜਦੋਂ ਇਸ ਗੱਲ ਨੂੰ ਕਹਿਣ ਲੱਗ ਪਏ ਨੇ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਤੇ ਸਭ ਬੰਦੇ ਨੂੰ ਸੱਚੇ ਪਾਤਸ਼ਾਹ ਜਿਹੜੇ ਇੱਕੋ ਜਿਹਾ ਵਾਕਿਆ ਹੀ ਦਿਲ ਤੋਂ ਮੰਨਣ ਲੱਗ ਪਏ ਨੇ ਜਿਹੜੇ ਨੈਤਰ ਇਸ ਦ੍ਰਿਸ਼ਟੀ ਵਾਲੇ ਹੋ ਗਏ ਨੇ ਐ ਵਾਹਿਗੁਰੂ ਉਹ ਨੈਤਰ ਵੀ ਚੰਗੇ ਨੇ ਉਹ ਨੈਤਰ ਵੀ ਤੰਨ ਨੇ ਤਨ ਉਹ ਮਸਤਕ ਤਨ ਤੇਰੇ ਨੇਤ ਸੱਚੇ ਪਾਤਸ਼ਾਹ ਉਹ ਮਸਤਕ ਤਨ ਜਿਹੜਾ ਤੇਰੇ ਕਰਦੇ ਅੱਗੇ ਝੁਕ ਗਿਆ ਉਹ ਨਿਤ੍ਰ ਤਨ ਐ ਵਾਹਿਗੁਰੂ ਜਿਹੜੇ ਤੇਰੇ ਰੂਪ ਦੇ ਵਿੱਚ ਹੋ ਕੇ ਤੇਰੀ ਸਿੱਖਿਆ ਲੈ ਕੇ ਸੰਸਾਰ ਨੂੰ ਵੇਖਦੇ ਨੇ ਜਿਹੜੇ ਤੇਰੇ ਹੋ ਗਏ ਨੇ ਤੇ ਅਗਲਾ ਬਚਨ ਫਿਰ ਸਤਗੁਰਾਂ ਨੇ ਆਖਿਆ ਤਨ ਉਹ ਭਗਤ ਜਿਨ ਤੁਮ ਸੰਗਹੇਤ ਐ ਵਾਹਿਗੁਰੂ ਉਹ ਭਗਤ ਵੀ ਤਨ ਜਿਨ੍ਹਾਂ ਦਾ ਤੇਰੇ ਨਾਲ ਪਿਆਰ ਪੈ ਗਿਆ ਹੈ ਮਹਾਰਦ ਨੇ ਧੰਨ ਸ਼ਬਦ ਜਦੋਂ ਆਖਿਆ ਹੈ ਤੇ ਇਹ ਲਫ਼ਜ਼ ਜਿਹੜੇ ਹੁੰਦੇ ਨੇ ਇਹ ਅਵਸਥਾ ਦੇ ਪ੍ਰਤੀਕ ਹੁੰਦੇ ਨੇ ਸਤਿਗੁਰਾਂ ਨੇ ਕਈਆਂ ਥਾਵਾਂ ਦੇ ਉੱਤੇ ਧੰਨ ਧੰਨ ਦੋ ਵਾਰ ਵੀ ਆਖਿਆ ਇਹ ਲਫ਼ਜ਼ ਸਾਡੇ ਹਾਵ ਭਾਵ ਨੂੰ ਪ੍ਰਗਟ ਕਰਨ ਵਾਲੇ ਹੁੰਦੇ ਨੇ ਕਿਤੇ ਮਹਾਰਜ ਧੰਨ ਕਹਿ ਰਹੇ ਨੇ ਤੇ ਸਤਿਗੁਰੂ ਕਿਸ ਅਵਸਥਾ ਦੇ ਵਿੱਚ ਕਹਿ ਰਹੇ ਹੋਣਗੇ ਧੰਨ ਉਹ ਭਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 15 ਭਗਤ ਸਹਿਬਾਨ ਦੀ ਬਾਣੀ ਦਰਜ ਕੀਤੀ। ਉਹਨਾਂ 15 ਭਗਤ ਸਹਿਬਾਨ ਦੇ ਵਿੱਚੋਂ ਅੱਜ ਇੱਕ ਭਗਤ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਤਨ ਤਨ ਭਗਤਨਾਮ ਦੇਵ ਜੀ। ਔਰ ਇਹ ਉਹ ਭਗਤ ਨੇ ਪਾਈਕਾਂ ਸਿੰਘ ਨਭਾ ਹੁਣਾ ਦੇ ਹਵਾਲੇ ਦੇ ਨਾਲ ਜਦੋਂ ਅਸੀਂ ਵੇਖਦੇ ਹਾਂ 1270 ਦੇ ਕਰੀਬ ਲਗਭਗ ਇਹਨਾਂ ਦਾ ਜਨਮ ਪਿਤਾ ਭਾਈ ਦਾਮ ਛੇਟੀ ਜੀ ਮਾਤਾ ਮਾਤਾ ਗੋਨਾ ਬਾਈ ਜੀ ਮਹਾਰਾਸ਼ਟਰ ਦੇ ਵਿੱਚ ਪਿੰਡ ਹੈ ਨਰਸੀ ਵਾਮਣੀ ਨਰਸੀ ਨਾਮਦੇਵ ਜੀ ਇਹ ਵੀ ਆਖਿਆ ਜਾਂਦਾ ਹੈ ਉਸ ਅਸਥਾਨ ਦੇ ਉੱਤੇ ਇਹਨਾਂ ਦਾ ਜਨਮ ਹੋਇਆ ਔਰ ਇਹਨਾਂ ਦੀ ਬਾਣੀ ਦੇ ਵਿੱਚੋਂ ਹੀ ਜੇਕਰ ਅਸੀਂ ਹਵਾਲਾ ਬੜੀਏ ਤੇ ਉਹ ਖੁਦ ਲਿਖਦੇ ਨੇ ਕਿ ਜਿਹੜੀ ਆਖੀ ਜਾਂਦੀ ਅਖੌਤੀ ਨੀਵੀਂ ਜਾਤ ਹੈ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਸ਼ੀਬੇ ਆਪਣੇ ਆਪ ਨੂੰ ਆਖਦੇ ਨੇ ਗੁਰਬਾਣੀ ਦੇ ਵਿੱਚ ਛੀਪੇ ਕੈ ਕਰ ਜਨਮ ਦੇਲਾ ਗੁਰ ਉਪਦੇਸ਼ ਪੈਲਾ ਸੰਤਾਂ ਕੈ ਪ੍ਰਸਾਦ ਨਾਮਾ ਹਰ ਪੇਟ ਲਾ ਉਹ ਆਪਣੇ ਆਪ ਨੂੰ ਆਖਦੇ ਨੇ ਔਰ ਜਿਵੇਂ ਅਸੀਂ ਆਰੰਭਤਾ ਚ ਇੱਕ ਗੱਲ ਆਖੀ ਸੀ ਇਹਨਾਂ ਮਹਾਪੁਰਖਾਂ ਨੇ ਆਪਣੇ ਜੀਵਨ ਦੀਆਂ ਹੱਡ ਬੀਤੀਆਂ ਦੁਨੀਆ ਦੇ ਸਾਹਮਣੇ ਰੱਖੀਆਂ ਨੇ ਔਰ ਮਹਾਪੁਰਸ਼ਾਂ ਦੀ ਹੱਡ ਬੀਤੀ ਤੇ ਜਿਹੜੇ ਬੰਦੇ ਯਕੀਨ ਨਹੀਂ ਕਰਦੇ ਉਹ ਦੁਨੀਆ ਚ ਕਿਸੇ ਵੀ ਗੱਲ ਤੇ ਯਕੀਨ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨਾਂ ਤੇ ਯਕੀਨ ਨਹੀਂ ਉਹਨਾਂ ਨੂੰ ਕਿਸੇ ਬੰਦੇ ਦੀ ਗੱਲ ਤੇ ਕੀ ਯਕੀਨ ਹੋ ਸਕਦਾ ਹੈ ਔਰ ਇਸ ਸੁਭਾਵਿਕ ਜੀ ਗੱਲ ਹੈ ਸਾਖੀ ਹੋਵੇ ਤੇ ਬੰਦਾ ਕਹਿ ਦੇਵੇ ਮੈਂ ਨਹੀਂ ਮੰਨਦਾ ਉਹਨਾਂ ਦੇ ਉਹ ਮੁਬਾਰਕ ਬਚਨ ਨੇ ਜਦੋਂ ਰੱਬ ਨਾਲ ਇੱਕਮਿਕ ਹੋ ਕੇ ਉਹ ਬਚਨ ਲਿਖਦੇ ਨੇ ਤੇ ਉਹਨਾਂ ਬਚਨਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸ਼ਾਮਲ ਕਰ ਦਿੱਤਾ। ਦੋ ਸ਼ਬਦ ਨੇ ਉਹਨਾਂ ਦੇ ਜੀਵਨ ਦੇ ਵੈਸੇ 61 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੇ। ਦੋ ਸ਼ਬਦਾਂ ਨੂੰ ਅਸੀਂ ਲੈ ਕੇ ਚੱਲੀਏ। ਇੱਕ ਉਹਨਾਂ ਨੇ ਗੱਲ ਆਖੀ ਹੁਣ ਵੀ ਆਸਾ ਦੀਵਾਰ ਦੇ ਵਿੱਚ ਸ਼ਬਦ ਪੜਿਆ ਜਾ ਰਿਹਾ ਸੀ। ਮੌਜ ਦੇ ਵਿੱਚ ਚੱਲਣ ਵਾਲੇ ਰੱਬੀ ਬੰਦਗੀ ਦੇ ਵਿੱਚ ਤੁਰਨ ਵਾਲੇ ਉਹ ਕਹਿੰਦੇ ਨੇ ਹਸਤ ਖੇਲ ਤੇ ਤੇਰੇ ਦੇਹ ਰਹਿ ਆਇਆ ਐ ਵਾਹਿਗੁਰੂ ਮੈਂ ਤੇ ਮੌਜ ਦੇ ਵਿੱਚ ਤੇਰੇ ਕਰਦੇ ਵਿੱਚ ਆਇਆ ਸੀ ਹਸਦਿਆਂ ਖੇਡਦਿਆਂ ਆਉਣ ਦਾ ਮਤਲਬ ਉਹਨਾਂ ਦਾ ਕੀ ਹੈ ਇਹ ਨਹੀਂ ਕਿ ਹਸਦਿਆਂ ਖੇਡਦਿਆਂ ਉਹਨਾਂ ਵਾਂਗ ਆਏ ਜਿਨ੍ਹਾਂ ਨੂੰ ਵਾਰ-ਵਾਰ ਚੁੱਪ ਕਰਾਉਣਾ ਪੈਂਦਾ ਹੈ ਨਹੀਂ ਭਾਈ ਮੌਜ ਦੇ ਵਿੱਚ ਆਏ ਜਿਸ ਤਰ੍ਹਾਂ ਸਤਿਗੁਰੂ ਫਿਰਦੇ ਨੇ ਹਸਤ ਖੇਲ ਤੇ ਤੇਰੇ ਦੇਹ ਰਹਿ ਆਇਆ ਪਰ ਮਹਾਰਾਜ ਮੈਂ ਤੇ ਮੌਜਦੇ ਵਿੱਚ ਬੈਠਾ ਸੀ ਮੈਨੂੰ ਇਹਨਾਂ ਨੇ ਕੀ ਕੀਤਾ ਮੌਜਦੇ ਵਿੱਚ ਬੈਠਿਆਂ ਨੂੰ ਹਿਲਾ ਦਿੱਤਾ ਹੈ ਭਗਤ ਕਰਤਨਾਮਾ ਪੱਤਰ ਉਠਾਇਆ ਗੁਰੂ ਬਖਸ਼ ਲਵੇ ਇਹਨੂੰ ਅਹਿਸਾਸ ਦੀ ਦੁਨੀਆ ਦੇ ਵਿੱਚ ਸੋਚ ਕੇ ਵੇਖਿਓ ਕਹਿਣਾ ਬੜਾ ਸੌਖਾ ਜਿਹਾ ਪਾਠ ਕਰਦੇ ਬੰਦੇ ਨੂੰ ਕੋਈ ਦੂਜਾ ਆ ਕੇ ਗੱਲ ਕਰ ਦੇਵੇ ਨਾ ਉਸ ਬੰਦੇ ਨੂੰ ساری ਜ਼ਿੰਦਗੀ ਗੱਲ ਨਹੀਂ ਜੇ ਭੁੱਲਦੀ ਵੀ ਇਸ ਬੰਦੇ ਨੇ ਮੈਨੂੰ ਰੋਕਿਆ ਸੀ ਕਦੀ ਨਹੀਂ ਗੱਲ ਭੁੱਲਦੀ ਜ਼ਿੰਦਗੀ ਦੇ ਵਿੱਚ ਔਰ ਕੱਲਾ ਰੋਕਿਆ ਹੀ ਨਹੀਂ ਜਾਤ ਦਾ ਮਹਿਣਾ ਵੀ ਨਾਲ ਮਾਰ ਦਿੱਤਾ ਤਾਨਾ ਵੀ ਮਾਰ ਦਿੱਤਾ ਫਿਰ ਬੰਦਗੀ ਕਰਨ ਦਾ ਇੰਨਾ ਚਾਹ ਹੈ ਤੇ ਉੱਚੀ ਜਾਤੀ ਦੇ ਵਿੱਚ ਜਨਮ ਲੈ ਲੈਣਾ ਸੀ ਨੀਵਿਆਂ ਦੇ ਘਰ ਦੇ ਵਿੱਚ ਕਿਉਂ ਜੰਮੇ ਉਹਨਾਂ ਨੇ ਬਚਨ ਆਖੇ ਨੇ ਹਸਤ ਖੇਲ ਤੇ ਤੇਰੇ ਦਿਹਰੈ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਦ ਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਮਹਾਰਾਜ ਇੱਕ ਤੇ ਮੈਨੂੰ ਕਹਿੰਦੇ ਨੇ ਤੇਰੀ ਜਾਤੀ ਹੀਣੀ ਹੈ ਇਹ ਕਹਿੰਦੇ ਨੇ ਤੂੰ ਤੇ ਨੀਵਾ ਹੈ ਤੇਰੇ ਲਈ ਦਰਵਾਜ਼ੇ ਨਹੀਂ ਖੁੱਲੇ ਮੰਦਰ ਦੇ ਔਰ ਮੈਂ ਫੇਰ ਕਹਿ ਦੇਵਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੇ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਹੋਏ ਉਹਨਾਂ ਲਈ ਹਰ ਮੰਦਰ ਦੇ ਦਰਵਾਜ਼ੇ ਸਤਿਗੁਰਾਂ ਨੇ ਖੁੱਲੇ ਹੋਏ ਨੇ ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਕਤ ਭਗਤ ਨਾਮਦੇਵ ਜੀ ਕਹਿੰਦੇ ਮਹਾਰਾਜ ਇਹ ਮੈਨੂੰ ਕਹਿੰਦੇ ਨੇ ਤੂੰ ਨੀਵੀਂ ਜਾਤ ਵਾਲਾ ਹੈ ਹਿੰੜੀ ਜਾਤ ਮੇਰੀ ਜੱਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਤੇ ਮਹਾਰਾਜ ਮੈਂ ਤੇਰੇ ਅੱਗੇ ਬੇਨਤੀ ਕਰਨੀ ਹੈ ਮੈਂ ਇਹਨਾਂ ਦੇ ਨਾਲ ਨਹੀਂ ਲੜਨਾ ਮੇਰਾ ਤੇਰੇ ਨਾਲ ਸਬੰਧ ਹੈ ਨਾ ਮੈਂ ਤੇ ਤੇਰੇ ਘਰ ਵੱਲ ਆਇਆ ਸੀ ਮੇਰੀ ਬੰਦਗੀ ਤੇਰੇ ਵੱਲ ਹੈ ਤੁਹਾਨੂੰ ਇਹ ਭਗਤ ਜਿਨ ਤੁਮ ਸੰਗਹੇਤ ਉਹ ਬੰਦਿਆਂ ਨੂੰ ਮੇੜੇ ਨਹੀਂ ਮਾਰਨਗੇ ਉਹ ਬੰਦਿਆਂ ਨੂੰ ਨਹੀਂ ਕਹਿਣਗੇ ਉਹ ਇਹੀ ਕਹਿਣਗੇ ਸੱਚੇ ਪਾਤਸ਼ਾਹ ਮੇਰਾ ਸਬੰਧ ਤੇਰੇ ਵੱਲ ਪਰਵਾਹ ਨਹੀਂ ਕਿਸੇ ਕੇਰੀ ਬਾਦ ਸੱਚੇ ਨਾ ਮਹਾਰਾਜ ਤੇਰੀ ਨਿਰਾਦਰੀ ਹੈ ਮੇਰੀ ਥੋੜਾ ਹੈ ਮੈਨੂੰ ਤਾਂ ਕੋਈ ਕਹਿ ਵੀ ਦੇਵੇਗਾ ਤੇ ਮੈਂ ਤਾਂ ਚੱਲ ਵੀ ਜਾਵਾਂਗਾ ਪਰ ਸੱਚੇ ਪਾਤਸ਼ਾਹ ਤੇਰੀ ਬੰਦਗੀ ਕਰਦਿਆਂ ਉਠਾਇਆ ਹੈ ਇਸ ਕਰਕੇ ਮੈਂ ਤੈਨੂੰ ਆਖਦਾ ਪਿਆ ਹਿੰੜੀ ਜਾਤ ਮੇਰੀ ਜਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਮੈਂ ਇਹਨਾਂ ਦੇ ਨਾਲ ਲੜਾਂਗਾ ਨਹੀਂ ਮੈਂ ਤੇ ਪਾਤਸ਼ਾਹ ਮੌਜ ਦੇ ਵਿੱਚ ਆਇਆ ਸੀ ਮੌਜ ਦੇ ਵਿੱਚ ਉੱਠ ਕੇ ਬਾਹਰ ਚਲਾ ਜਾਵਾਂਗਾ ਤੇ ਚਲੇ ਗਏ ਲੈ ਕਮਲੀ ਚਲਿਓ ਪਲਟਾਏ ਦੇਹ ਰਹਿ ਪਛੈ ਬੈਠਾ ਜਾਏ ਮਹਾਰਾਜ ਮੈਂ ਉੱਥੇ ਜਾ ਕੇ ਬੈਠ ਗਿਆ ਹਾਂ ਜਿੱਥੇ ਇਹਨਾਂ ਨੂੰ ਲੱਗਦਾ ਹੈ ਵੀ ਇੱਥੇ ਸ਼ਾਇਦ ਰੱਬ ਦਾ ਕਰ ਨਹੀਂ ਹੈ ਮੈਂ ਤੇ ਰੱਬ ਦੇ ਕਰ ਦੇ ਵਿੱਚ ਆਇਆ ਸੀ ਇਹਨਾਂ ਨੇ ਉਠਾ ਦਿੱਤਾ ਹੈ ਮੈਨੂੰ ਉੱਥੇ ਬਿਠਾ ਦਿੱਤਾ ਹੈ ਤਲ ਠੀਕ ਹੈ ਇੱਥੇ ਰੱਬ ਦਾ ਕਰ ਨਹੀਂ ਹੋਵੇਗਾ ਮਹਾਰਾਜ ਹੁਣ ਤੇ ਤੂੰ ਨਿਆ ਕਰ ਔਰ ਇਹ ਸੱਚੀ ਗੱਲ ਜੇ ਗੁਰਬਾਣੀ ਦੇ ਵਿੱਚ ਭਗਤ ਨਾਮਦੇਵ ਖੁਦ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਇੰਨੀ ਸੀ ਭਗਤ ਨਾਮਦੇਵ ਜੀ ਦੇ ਉੱਤੇ ਜਦੋਂ ਮਹਾਰਾਜ ਨਾਲ ਗੱਲਾਂ ਕਰਦੇ ਨੇ ਹਜ਼ੂਰ ਦੀ ਬਾਣੀ ਆਖਦੀ ਆ ਭਗਤ ਸੰਗ ਪ੍ਰਭ ਗੋਸ਼ਟ ਕਰਤ ਰਬ ਆਪਣੇ ਭਗਤਾਂ ਦੇ ਨਾਲ ਗੋਸ਼ਟੀ ਕਰਦਾ ਹੈ ਤੇ ਉੱਥੇ ਫਿਰ ਬਚਨ ਆਉਂਦੇ ਨੇ ਭਗਤ ਨਾਮਦੇਵ ਜੀ ਦਾ ਬਚਨ ਹੈ ਉਹ ਕਹਿ ਰਹੇ ਸੀ ਕਹੇ ਤਾਂ ਤਰਨ ਇਕੋਡੀ ਕਰੂੰ ਕਹੇ ਤਾਂ ਲੈਕਰ ਉਪਰ ਧਰੂੰ ਕਹੇ ਤਾਂ ਮੂਈ ਗਉ ਦਿਉ ਜਿਵਾਏ ਸਭ ਕੋਈ ਦੇਖੈ ਪਤੀ ਆਏ ਤੇ ਦੂਸਰੀ ਅਵਸਥਾ ਦਾ ਜ਼ਿਕਰ ਹੈ ਅਸੀਂ ਉਹ ਸਾਖੀ ਨਹੀਂ ਵਿਚਾਰਦੇ ਪਏ ਉਹ ਕਹਿੰਦੇ ਭਗਤ ਨਾਮਦੇਵ ਜੀ ਉਹ ਕਹਿ ਰਹੇ ਸੀ ਮਾਲਕ ਮੈਨੂੰ ਆਖਦਾ ਸੀ ਨਾਮਦੇਵ ਤੂੰ ਆਖੇ ਤੇ ਤਰਤੀ ਪੁੱਠੀ ਕਰਦੇ ਆ ਉਹ ਤੂੰ ਆਖੇ ਤੇ ਇਸ ਧਰਤੀ ਨੂੰ ਇੱਕ ਕਰਦੇ ਉੱਤੇ ਕਰਦੇ ਆ ਹੱਥ ਦੇ ਉੱਤੇ ਕਰਦੇ ਆ ਤੂੰ ਆਖੇ ਤੇ ਕੀ ਨਹੀਂ ਕਰ ਸਕਦਾ ਹਜ਼ੂਰ ਨੇ ਆਖਿਆ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ ਵਾਹਿਗੁਰੂ ਸਾਰਾ ਕੁਝ ਤੇ ਤੇਰੇ ਵਸ ਦੇ ਵਿੱਚ ਤੇ ਤੂੰ ਆਪਣੇ ਭਗਤਾਂ ਦੇ ਕਿੰਨਾ ਵਸ ਦੇ ਵਿੱਚ ਹੈ ਇਹਨੂੰ ਬਾਬਾ ਰਵਦਾਸ ਕਹਿੰਦੇ ਨੇ ਜੋ ਹਮ ਬਾਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਦੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਲੈ ਕੰਮਲੀ ਚੱਲਿਓ ਪਲਟਾਏ ਦੇਹ ਰਹਿ ਪਛੈ ਬੈਠਾ ਜਾਏ ਮੈਂ ਤੇ ਮੰਦਰ ਦੇ ਪਿੱਛੇ ਜਾ ਕੇ ਬੈਠ ਗਿਆ ਐ ਵੈ ਗੁਰੂ ਹੁਣ ਤੂੰ ਨਿਆ ਕਰ ਇਹਨਾਂ ਨੇ ਤੇ ਮੈਨੂੰ ਉਠਾ ਦਿੱਤਾ ਹੈ ਇਹ ਤੇ ਕਹਿੰਦੇ ਬੰਦਗੀ ਤੇਰੇ ਲਈ ਹੈ ਹੀ ਨਹੀਂ ਔਰ ਹੱਡ ਬੀਤੀ ਹੈ ਉਹ ਕਹਿੰਦੇ ਨੇ ਮੈਂ ਤੇ ਰੱਬ ਦੀ ਬੰਦਗੀ ਕਰਦਾ ਪਿਆ ਸੀ ਤੇ ਰੱਬ ਨੇ ਕੀ ਆਖਿਆ ਰੱਬ ਨੇ ਇਹ ਆਖਿਆ ਜਿਸ ਘਰ ਦੇ ਵਿੱਚ ਮੇਰੇ ਭਗਤ ਦਾ ਸਤਕਾਰ ਨਹੀਂ ਮੈਂ ਉਸ ਘਰ ਦੇ ਵਿੱਚ ਕੀ ਕਰਦਾ ਹਾਂ ਮੈਂ ਉਸ ਘਰ ਦੇ ਵਿੱਚ ਵੀ ਨਹੀਂ ਹੁੰਦਾ ਮੇਰਾ ਮੂੰਹ ਹਮੇਸ਼ਾ ਮੇਰੇ ਭਗਤ ਦੇ ਵੱਲ ਹੋਵੇਗਾ ਹਜ਼ੂਰ ਨੇ ਆਖਿਆ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹਰਾ ਫਿਰੈ ਉੱਥੇ ਫਿਰ ਇਹ ਬਚਨ ਆਏ ਜਿੱਥੇ ਰੱਬ ਦੇ ਭਗਤ ਦਾ ਸਤਕਾਰ ਨਹੀਂ ਭਗਤ ਨਾਮਦੇਵ ਜੀ ਦੇ ਜੀਵਨ ਦੀ ਘਟਨਾ ਉਹ ਕਹਿੰਦੇ ਮੈਨੂੰ ਤੇ ਮਾਲਕ ਨੇ ਇਹੀ ਆਖਿਆ ਹੈ ਜਿੱਥੇ ਰੱਬ ਦਾ ਸਤਕਾਰ ਨਹੀਂ ਜਿੱਥੇ ਰੱਬ ਦੇ ਭਗਤ ਦਾ ਸਤਕਾਰ ਨਹੀਂ ਉਹ ਅਸਥਾਨ ਬੰਦਿਆਂ ਦੇ ਬਣਾਏ ਤੇ ਹੋ ਸਕਦੇ ਜੀ ਪਰ ਉੱਥੇ ਰੱਬ ਦੀ ਗੱਲ ਮੁੱਕ ਜਾਂਦੀ ਜੇ ਰੱਬ ਸਿਰਫ ਆਪਣੇ ਭਗਤਾਂ ਦੇ ਕੋਲ ਬੈਠਾ ਹੁੰਦਾ ਹੈ ਜਿਉਂ-ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹਰਾ ਫਿਰੈ ਤੇ ਉਹਨਾਂ ਨੇ ਸਪਸ਼ਟ ਮਾਲਕ ਦੇ ਅੱਗੇ ਅਰਦਾਸ ਕੀਤੀ ਸੀ ਬਚਨ ਆਏ ਮੋਕ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮਈਆ ਮਰਜ਼ ਫਿਰ ਕੀ ਲੋਕ ਨਿਰਾਦਰ ਕਰਦੇ ਪਏ ਨੇ ਕਹਿ ਦੇਣਾ ਸੌਖਾ ਹੈ ਮੈਂ ਕਹਿ ਦੇਵਾਂ ਜ਼ਿੰਦਗੀ 'ਚ ਗੱਲਾਂ ਨਹੀਂ ਭੁੱਲਦੀਆਂ ਸਾਨੂੰ ਉਹਨਾਂ ਨੇ ਫਿਰ ਮਾਲਕ ਨੂੰ ਆਖਿਆ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮਈਆ ਵਾਹਿਗੁਰੂ ਤੂੰ ਨਾ ਭੁੱਲ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਆਲਾਵੰਤੀ ਇਹ ਪ੍ਰਮ ਜੋ ਹੈ ਮੁਝ ਉੱਪਰ ਸਭ ਕੋਪਿਲਾ ਆ ਜਿਹੜੇ ਆਪਣੇ ਆਪ ਨੂੰ ਆਲਾ ਉੱਚਾ ਸਮਝਦੇ ਨੇ ਨਾ ਇਹ ਮੇਰੇ ਉੱਤੇ ਸਾਰੇ ਕ੍ਰੋਧ ਤੋਏ ਫਿਰਦੇ ਨੇ ਸਾਰੇ ਖਿਜਦੇ ਪਏ ਨੇ ਮੇਰੇ ਉੱਤੇ ਤੇ ਮੈਨੂੰ ਕੀ ਕਹਿੰਦੇ ਨੇ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੂੰ ਬਾਪ ਬੀਠੁਲਾ ਐ ਵਾਹਿਗੁਰੂ ਮੈਨੂੰ ਸ਼ੁੱਧਰ ਕਹਿ ਕੇ ਮਾਰ ਦਿੱਤਾ ਹੈ ਇਹਨਾਂ ਨੇ ਮਾਰ ਉਠਾਇਓ ਮਾਰੂ ਠਾਇਓ ਦਾ ਮਤਲਬ ਕੀ ਸਮਝਾਂਗੇ ਅਸੀਂ ਇਹੋ ਹੀ ਆ ਨਾ ਕਿ ਜਿਨ੍ਹਾਂ ਨਰਾਦਰ ਉਹਨਾਂ ਦੇ ਕੋਲੋਂ ਉਸ ਵੇਲੇ ਹੋਇਆ ਹੋਵੇਗਾ ਉਹਨਾਂ ਨੇ ਕੀਤਾ ਹੋਵੇਗਾ ਬਖਸ਼ ਲਵੇ ਪਾਤਸ਼ਾ ਸੂਧ ਸੂਧ ਕਰ ਮਾਰ ਉਠਾਇਓ ਕਹਾ ਕਰੂੰ ਬਾਪ ਬੀਠੁਲਾ ਤੇ ਉਹਨਾਂ ਨੇ ਆਖਿਆ ਸੱਚੇ ਪਾਤਸ਼ਾ ਤੇਰੀ ਭਗਤੀ ਕੀਤੀ ਹੈ ਜੇ ਮੈਂ ਮਰਨ ਤੋਂ ਬਾਅਦ ਮੁਕਤ ਹੋ ਵੀ ਗਿਆ ਇਹਨਾਂ ਨੇ ਫਿਰ ਗੱਲਾਂ ਬਣਾ ਲੈਣੀਆਂ ਇਹਨਾਂ ਨੇ ਫੇਰ ਗੱਲਾਂ ਜੋੜ ਲੈਣੀਆਂ ਨੇ ਇਹਨਾਂ ਨੇ 100 ਗੱਲਾਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਲਈ ਬਖਸ਼ ਲਵੇ ਪਾਤਸ਼ਾਹ ਮੈਨੂੰ ਠੂਠਾ ਸਾਬਤ ਕਰਨ ਦੇ ਲਈ ਇਹਨਾਂ ਨੇ 100 ਗੱਲਾਂ ਜੋੜ ਲੈਣੀਆਂ ਨੇ ਮੈਨੂੰ ਜਿਉਂਦੇ ਜੀ ਮੁਕਤੀ ਚਾਹੀਦੀ ਹੈ ਮੈਨੂੰ ਮਰਨ ਤੋਂ ਬਾਅਦ ਮੁਕਤੀ ਵਾਲਾ ਪਾਸਾ ਨਹੀਂ ਚਾਹੀਦਾ ਕਬੀਰ ਸਾਹਿਬ ਜੀ ਨੇ ਆਖਿਆ ਸੀ ਨਾ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਉ ਰਾਦੇ ਰੱਦ ਕਰ ਦਿੱਤੇ ਸੰਤਾ ਨੇ ਦੋਵੇਂ ਭਗਤ ਨਾਮਦੇਵ ਜੀ ਕਹਿੰਦੇ ਮੁਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਸੱਚੇ ਪਾਤਸ਼ਾਹ ਜੇ ਮੈਨੂੰ ਮਰਨ ਤੋਂ ਬਾਅਦ ਮੁਕਤੀ ਮਿਲ ਵੀ ਗਈ ਇਹਨਾਂ ਨੂੰ ਕੀ ਪਤਾ ਲੱਗੇਗਾ ਜਿਨ੍ਹਾਂ ਨੇ ਬਾਹਰ ਕੱਢ ਦਿੱਤਾ ਹੈ ਕਿ ਮੈਂ ਮੁਕਤ ਹੋ ਗਿਆ ਮਹਾਰਜ ਇਸ ਜੀਵਨ ਦੇ ਵਿੱਚ ਮੁਕਤੀ ਚਾਹੀਦੀ ਹੈ ਉੱਥੇ ਉਹਨਾਂ ਨੇ ਬਚਨ ਕੀਤੇ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅਤਪੁਜ ਭਇਓ ਅਪਾਰਲਾ ਵਾਹਿਗੁਰੂ ਤੂੰ ਤੇ ਬੜੀਆਂ ਲੰਮੀਆਂ ਬਾਹਾਂ ਵਾਲਾ ਹੈ ਇਹਨਾਂ ਦੀਆਂ ਬਾਹਾਂ ਤੇ ਇਥੋਂ ਤੱਕ ਨੇ ਕਿ ਇਥੋਂ ਚੁੱਕ ਕੇ ਤੇ ਉੱਥੇ ਬਿਠਾ ਦੇਣਗੇ ਤੇਰੀਆਂ ਬਾਹਾਂ ਤੇ ਸਾਰੇ ਸੰਸਾਰ ਤੱਕ ਨੇ ਤੂੰ ਕੀ ਨਹੀਂ ਕਰ ਸਕਦਾ ਤੂੰ ਤੇ ਕਿੰਨਿਆਂ ਨੂੰ ਜਿਹਨੂੰ ਬਾਬਾ ਕਬੀਰ ਸਾਹਿਬ ਵਚਨ ਕਰਦੇ ਜੇ ਰਾਜਾ ਸ਼ਰਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹੋਂ ਚੇਰੀ ਉਥੇ ਵਚਨ ਆਉਂਦਾ ਹੈ ਧਰਤੀ ਤੇ ਆਕਾਸ਼ ਚੜਾਵੇ ਚੜਾ ਆਕਾਸ਼ ਗਰਾਵੇ ਮਲਕ ਕੀ ਨਹੀਂ ਕਰ ਸਕਦਾ ਸੱਚੇ ਪਾਤਸ਼ਾਹ ਇਹਨਾਂ ਦੀਆਂ ਬਾਹਾਂ ਤੇ ਆ ਦੋ ਚਾਰ ਥਾਵਾਂ ਤੱਕ ਨੇ ਵਹਿਗਰੂ ਤੂੰ ਤੇ ਇੰਨੀਆਂ ਤਗੜੀਆਂ ਬਾਹਾਂ ਵਾਲਾ ਹੈ ਤੂੰ ਤੇ ਸੰਸਾਰ ਦੇ ਵਿੱਚ ਕਿਤੇ ਵੀ ਨਿਵਾਜ ਸਕਦਾ ਹੈ ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅਤਪੁਜ ਭਇਓ ਅਪਾਰਲਾ ਤੇ ਫਿਰ ਮਾਲਕ ਨੇ ਕੀ ਕੀਤਾ ਫੇਰ ਦਿਆ ਦਿਹਰਾ ਨਾਮੇ ਕੋ ਪੰਡਿਆਂ ਕੋ ਪਿਛਵਾਰਲਾ ਪੰਡਤਾਂ ਨੂੰ ਪਿਛਲਾ ਪਾਸਾ ਵਿਖਾ ਦਿੱਤਾ ਰੱਬ ਨੇ ਕਿ ਜਾਓ ਪਿੱਠ ਹੋ ਗਈ ਔਰ ਜਿਹਦੇ ਵੱਲ ਪਿੱਠ ਹੋ ਜਵੇ ਉਹਦੇ ਵੱਲ ਬੰਦਾ ਧਿਆਨ ਨਹੀਂ ਦੇ ਦਿੰਦਾ ਹੁੰਦਾ ਔਰ ਗੁਰੂ ਬਖਸ਼ਿਸ਼ ਕਰੇ ਜਿੰਨਾ ਅਸਥਾਨਾਂ ਦੇ ਉੱਤੇ ਆ ਗੁਰੂ ਸਾਹਿਬ ਦੇ ਪਾਵਨ ਅਸਥਾਨਾਂ ਦੇ ਉੱਤੇ ਬੈਠਦੇ ਆ ਬੇਨਤੀ ਕੀਤੀ ਹੈ ਮਹਾਰਾਜ ਨੇ ਆਖਿਆ ਉਹ ਮੱਥੇ ਤਨ ਉਹ ਨੇਤਰ ਤਨ ਜਿਹੜੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਗੁਰੂ ਬਖਸ਼ਾਲ ਵਿੱਚ ਜਿਨ੍ਹਾਂ ਅਸਥਾਨਾਂ ਦੇ ਉੱਤੇ ਰੱਬੀ ਬੰਦਗੀ ਵਾਲਿਆਂ ਦੀ ਕਦਰ ਹੋਣੋਂ ਕਟ ਜਾਂਦੀ ਹੈ ਗੁਰੂ ਨਾਨਕ ਸਾਹਿਬ ਨੂੰ ਆਖਦੇ ਨੇ ਉਹ ਅਸਥਾਨ ਹੌਲੀ-ਹੌਲੀ ਡੁੱਬਣੇ ਸ਼ੁਰੂ ਹੋ ਜਾਂਦੇ ਜੇ ਤੇ ਉਹਨਾਂ ਦੇ ਪਿੱਛੇ ਸੰਸਾਰ ਵੀ ਡੁੱਬਣਾ ਸ਼ੁਰੂ ਹੋ ਜਾਂਦਾ ਜੇ ਕਾਲ ਨਹੀਂ ਜੋਗ ਨਹੀਂ ਨਾ ਹੀ ਸਤ ਕਾ ਟੱਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਏਵ ਜਗ ਉਹ ਇਹੀ ਤੇ ਬੈਠਾ ਸੀ ਕਲਯੁਗੀ ਪੰਡਾ ਕਿਹੜਾ ਧਾਰਮਿਕ ਸਥਾਨ ਤੇ ਨਹੀਂ ਸੀ ਬੈਠਾ ਉੱਥੇ ਬੈਠਾ ਸੀ ਪਰ ਨਹੀਂ ਗੱਲ ਬਣੀ ਮਹਾਰਾਜ ਨੇ ਆਖਿਆ ਇਦਾਂ ਸੰਸਾਰ ਡੁੱਬ ਜਾਂਦਾ ਫਿਰ ਬਚਨ ਆਏ ਫੇਰ ਦੀ ਆ ਦੇਹ ਰਾਨਾਮੇ ਕੋ ਪੰਡੀਆਂ ਨੂੰ ਕੋ ਪਿਛਵਾਰ ਲਾ ਔਰ ਗੁਰੂ ਰਾਮਦਾਸ ਹੈ ਮਹਾਰਾਜ ਜੀ ਦੇ ਬਚਨ ਤੇ ਅਸੀਂ ਰੋਜ਼ ਪੜ੍ਹਦੇ ਹਾਂ ਦੋ ਵੇਲੇ ਅਸਾ ਦੀ ਵਾਰ ਦੇ ਵਿੱਚ ਸੋਦਰ ਦੀ ਚੌਂਕੀ ਦੇ ਵਿੱਚ ਹਜ਼ੂਰਤ ਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਮਰਦ ਨੇ ਉਸ ਭਗਤ ਨਾਮਦੇਵ ਜੀ ਨੂੰ ਆਪਣੇ ਨਾਲ ਆਪਣੇ ਮੁਖਵਲ ਕਰ ਲਿਆ ਆਪਣਾ ਮੁਖ ਭਗਤ ਨਾਮਦੇਵ ਜੀ ਵੱਲ ਕਰ ਲਿਆ ਜਿਨ੍ਹਾਂ ਨੂੰ ਇਹ ਕਹਿ ਕੇ ਨਰਾਦਰ ਕਰ ਦਿੱਤਾ ਗਿਆ ਸੀ ਉਹ ਭਾਈ ਬੰਦਗੀ ਤੁਹਾਡੇ ਲਈ ਨਹੀਂ ਉਸ ਭਗਤ ਨਾਮਦੇਵ ਜੀ ਦਾ ਉਹਨਾਂ ਦਾ ਅਦ ਜਨਮ ਦਿਹਾੜਾ ਹੈ ਗੁਰੂ ਕਿਰਪਾ ਕਰੇ ਗੁਰੂ ਰਾਮਦਾਸ ਜੀ ਮਹਾਰਾਜ ਇੱਕ ਥਾਂ ਤੇ ਆਖਦੇ ਨੇ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ਿਪਾ ਕਹਿ ਬੁਲਾਏ ਲੋਕੀ ਤੇ ਉਹਨੂੰ ਆਮ ਜੀ ਗੱਲ ਆਖਦੇ ਸੀ ਆਮ ਜਿਆ ਨਾਮ ਲੈ ਕੇ ਬੋਲਦੇ ਸੀ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੈ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲੀਆ ਮੁਖ ਲਾਏ ਹਰੀ ਨੇ ਅਕਾਲ ਪੁਰਖ ਵਾਹਿਗੁਰੂ ਨੇ ਭਗਤ ਨਾਮਦੇਵ ਜੀ ਨੂੰ ਆਪਣੇ ਮੁਖ ਦੇ ਨਾਲ ਲਾ ਲਿਆ ਤੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਖਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਸ਼ੀਪਰੋ ਹੋਇਓ ਲਖੀਣਾ ਦੁਨੀਆ ਆਖਦੀ ਸੀ ਗੁਰੂ ਬਖਸ਼ ਲਵੇ ਮਾਫੀ ਮੰਗ ਕੇ ਲਫ਼ਜ਼ ਆਖਦਾ ਪਿਆ ਹਾਂ ਦੁਨੀਆ ਆਖਦੀ ਸੀ ਤੇ ਅੱਧੀ ਕੌਡੀ ਦਾ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਸਾਨੂੰ ਪੁੱਛ ਕੇ ਵੇਖੋ ਤੇ ਲੱਖਾਂ ਦਾ ਹੈ ਆੜ ਧਾਮ ਕੋ ਸ਼ਿਪਰੋ ਹੋਇਓ ਲਖੀਣਾ ਉਹਨਾਂ ਭਗਤ ਨਾਮਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਉਹਨਾਂ ਦੀ ਬਾਣੀ ਸ਼ਾਮਿਲ ਕਰਕੇ ਸਾਡੇ ਉਤੇ ਉਪਕਾਰ ਕੀਤਾ ਕਿ ਇਹਨਾਂ ਭਗਤਾਂ ਦੇ ਦਰਸ਼ਨ ਕਰੋ ਹਜ਼ੂਰ ਗੁਰੂ ਅਰਜਨ ਸਾਹਿਬ ਆਖਦੇ ਨੇ ਤਨ ਓਏ ਭਗਤ ਐ ਵਾਹਿਗੁਰੂ ਤਨ ਨੇ ਓ ਭਗਤ ਜਿਨ੍ਹਾਂ ਦਾ ਤੇਰੇ ਨਾਲ ਹੇਤ ਹੋ ਗਿਆ ਹੈ ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੋ ਗਿਆ ਹੈ ਫਿਰ ਬਚਨ ਆਏ ਨਾਮ ਬਿਨਾ ਕੈਸੇ ਸੁਖ ਲਈ ਹੈ ਅੰਤ ਨੂੰ ਤੇ ਸਾਰਿਆਂ ਦੀ ਦੌੜ ਇਹੀ ਹੈ ਨਾ ਕਿ ਜ਼ਿੰਦਗੀ 'ਚ ਸੁਖ ਆ ਜਾਵੇ ਅੰਤ ਨੂੰ ਇਹੀ ਚਾਹੁੰਦੇ ਹਾਂ ਅਸੀਂ ਸਾਰੇ ਜ਼ਿੰਦਗੀ 'ਚੋਂ ਗਮ ਮੁੱਕ ਜਾਵੇ ਸੁਖ ਮੰਗਤ ਦੁਖ ਆਗੈ ਆਗੈ ਪਰ ਹੋ ਸਾਡੇ ਨਾਲ ਇਦਾਂ ਜਾਂਦਾ ਮੰਗਿਆ ਸਾਰਿਆਂ ਨੇ ਸੁਖ ਸੁਖ ਦੁਖ ਦੇ ਵਿੱਚ ਤਬਦੀਲ ਹੋਈ ਜਾਂਦਾ ਹੈ ਕੌਣ ਹੈ ਜਿਹੜਾ ਆ ਕੇ ਇਹ ਮੰਗਦਾ ਪਿਆ ਹੈ ਮਹਾਰਾਜ ਮੈਨੂੰ ਦੁਖੀ ਕਰ ਦਿਓ ਸਾਰੇ ਇਹ ਮੰਗਦੇ ਆ ਮਹਾਰਾਜ ਸੁਖ ਆ ਜਾਵੇ ਮਹਾਰਾਜ ਸੁਖ ਆ ਜਾਵੇ ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਭ ਸੁਖ ਦਾਤਾ RAM ਹੈ ਦੂਸਰ ਨਾ ਹੈ ਨੂੰ ਕੋਏ ਸੁਖ ਸਿਰਫ ਉੱਥੇ ਹੈ ਹਜ਼ੂਰ ਜੀ ਦੇ ਬਚਨ ਸੁਖ ਨਾਹੀਂ ਬਹੁਤ ਹੈ ਧਨ ਖਟੈ ਜੇ ਬਹੁਤੇ ਧਨ ਖੱਟਣ ਦੇ ਵਿੱਚ ਸੁੱਖ ਹੋਵੇ ਤੇ ਫਿਰ ਸਾਰਿਆਂ ਅਮੀਨਾ ਦੇ ਕੋਲ ਸੁੱਖ ਹੋਣਾ ਚਾਹੀਦਾ ਸੀ ਬੜੇ ਕਮਾਲ ਦੀ ਗੱਲ ਹੁੰਦੀ ਹੈ ਬਾਦਸ਼ਾ ਇਹੋ ਜੇ ਹੁੰਦੇ ਸਨ ਦਿਨਾਂ ਦੇ ਮੂੰਹ ਦੇ ਵਿੱਚੋਂ ਬੋਲਿਆ ਹਰ ਬਚਨ ਕਾਨੂੰਨ ਬਣ ਜਾਂਦਾ ਸੀ ਲਾ ਬਣ ਜਾਂਦਾ ਸੀ ਅੱਜ ਤੇ ਲਾਗੂ ਕਰਨਾ ਹੋਵੇ ਲਾ ਤੇ ਕਿੰਨੇ ਪ੍ਰੋਸੈਸ ਦੇ ਵਿੱਚੋਂ ਬਿੱਲ ਨਿਕਲਦਾ ਹੈ ਬਾਦਸ਼ਾ ਬੋਲਦਾ ਤੇ ਕਾਨੂੰਨ ਬਣ ਗਿਆ ਉਹ ਬੋਲਦਾ ਹੈ ਦੁਨੀਆ ਦੇ ਮਾਲਕ ਹਾਰ ਜਾਂਦੇ ਸੀ ਉਹ ਬੋਲਦਾ ਸੀ ਦੁਨੀਆ ਦੇ ਕੋਲੋਂ ਜ਼ਮੀਨਾਂ ਖੋਲੀਆਂ ਜਾਂਦੀਆਂ ਸੀ ਪਰ ਉਹੀ ਬਾਦਸ਼ਾਹ ਜਿਹੜੇ ਦੁਨੀਆ ਦੇ ਮਾਲਕ ਹੁੰਦੇ ਸੀ ਉਹਨਾਂ ਫਕੀਰਾਂ ਦੇ ਕੋਲ ਆ ਕੇ ਬੈਠਦੇ ਹੁੰਦੇ ਸੀ ਜਿਨ੍ਹਾਂ ਦੇ ਸਰੀਰ ਦੇ ਉੱਤੇ ਪਾਇਆ ਹੋਇਆ ਕੱਪੜਾ ਵੀ ਭਾਵੇਂ ਪੂਰਾ ਪਾਟਾ ਹੋਵੇ ਉਹ ਕੌਣ ਸੀ ਇੰਨੇ ਬੇਪਰਵਾਹ ਬੰਦੇ ਹਜ਼ੂਰ ਨੇ ਆਖਿਆ ਇਹ ਭਾਈ ਜੇ ਤਨ ਦੇ ਵਿੱਚ ਸੁੱਖ ਹੋਵੇ ਤੇ ਜਿਨ੍ਹਾਂ ਨੇ ਖਟਿਆ ਹੈ ਸਾਰੇ ਸੁਖੀ ਹੁੰਦੇ ਸੁੱਖ ਨਾਹੀਂ ਬਹੁਤੇ ਤਨ ਖਟ ਹੈ ਸੁੱਖ ਨਾਹੀਂ ਪੇਖੇ ਨਿਰਤ ਨਾਟੇ ਫਿਰ ਨਾਟਕ ਵਾਲੇ ਸਾਰੇ ਸੌਕੇ ਹੁਣੇ ਸੀ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰ ਹਰ ਗੁਣ ਗਾਏ ਹਜ਼ੂਰ ਨੇ ਆਖਿਆ ਨਾਮ ਬਿਨਾ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਹੀਐ ਜ਼ੁਬਾਨ ਦੇ ਨਾਲ ਮਾਲਕ ਦੇ ਜਸ ਨੂੰ ਆਖੋ ਜ਼ੁਬਾਨ ਆਖੇ ਧੰ ਗੁਰੂ ਨਾਨਕ ਜ਼ੁਬਾਨ ਆਖੇ ਗੁਰਬਾਣੀ ਨੂੰ ਔਰ ਗੁਰੂ ਬਖਸ਼ ਲਵੇ ਹਜ਼ੂਰ ਨੇ ਅਵਸਥਾ ਦੀ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ ਬਿਨ ਜਿਹਵਾ ਜੋ ਜਪੈ ਹੈ ਆਏ ਕੋਈ ਜਾਣੇ ਕੈਸਾ ਨਾਮ ਉਸ ਬਸ ਥਾਤੇ ਤੇ ਕੋਈ ਵਿਰਲਾ ਜਾਂਦਾ ਹੈ ਸਾਡੇ ਲਈ ਆਮ ਫਰਜ਼ ਕੀ ਹੈ ਬੇਸਿਕ ਫਰਜ਼ ਕੀ ਹੈ ਉਹ ਇਹੀ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਰਸਨਾ ਦੇ ਨਾਲ ਜਪਣਾ ਹੈ ਹਜ਼ੂਰ ਨੇ ਆਖਿਆ ਅੰਤਰਗੁਰੂ ਆਰਾਧਣਾ ਜਿਹਾ ਜਪ ਗੁਰ ਨਾਮ ਨੇਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨਾਮ ਜ਼ੁਬਾਨ ਦੇ ਨਾਲ ਜਪ ਕਰਨ ਦੀ ਗੱਲ ਹੈ ਪਤਸ਼ਾਹ ਗੁਰੂ ਅਰਜਨ ਸਾਹਿਬ ਦੇ ਬਚਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਦੇ ਰਸਨਾ ਨਾਮ ਉਚਾਰਣੇ ਰਸਨਾ ਦੇ ਨਾਲ ਜਪਣ ਦੀ ਗੱਲ ਭਗਤ ਨਾਮਦੇਵ ਜੀ ਹੀ ਆਖਦੇ ਨੇ ਰੇ ਜੇ ਬਾ ਕਰੂੰ ਸਤਖੰਡ ਜਾਮਨਾ ਉਚਰ ਸ੍ਰੀ ਗੋਬਿੰਦ ਜੇ ਜ਼ੁਬਾਨ ਨਾਮ ਨਹੀਂ ਜਪਦੀ ਹੋਰ ਗੱਲਾਂ ਦੇ ਵਿੱਚ ਬੜਾ ਤੁਰੀ ਫਿਰਦੀ ਹੈ ਹਜ਼ੂਰ ਕਹਿ ਰਹੇ ਨੇ ਇਸ ਜ਼ੁਬਾਨ ਦੇ ਤੇ ਸੌ ਟੋਟੇ ਕਰ ਦੇਣੇ ਚਾਹੀਦੇ ਨੇ ਜੇ ਜਪਜੀ ਸਾਹਿਬ ਨਹੀਂ ਕਰਦੀ ਹੋਰ ਸਾਰੀਆਂ ਗੱਲਾਂ ਬੋਲੀ ਜਾਂਦੀ ਹੈ ਰੇ ਜੇਬਾ ਕਰੂੰ ਸਤਖੰਡ ਜਾਮਨਾ ਉਤਰਸ ਸ੍ਰੀ ਗੋਬਿੰਦ ਰੰਗੀਲੇ ਜੇਬਾ ਹਰ ਕੈਨਾਇ ਸੋ ਰੰਗ ਰੰਗੀਲੇ ਹਰ ਹਰ ਧਿਆਏ ਹਜ਼ੂਰ ਦੇ ਬਚਨ ਵੇਖੋ ਰਸਨਾ RAM ਨਾਮ ਜਸ ਕਹੀਐ ਇਸ ਜ਼ੁਬਾਨ ਦੇ ਨਾਲ ਵਹਿਗੁਰੂ ਦੇ ਗੁਣ ਗਾਇਆ ਕਰੀਏ ਬਾਣੀ ਪੜਿਆ ਕਰੀਏ ਸਹਿਜ ਪਾਠ ਕਰਿਆ ਕਰੀਏ ਫਿਰ ਅਗਲੇ ਬਚਨ ਪਾਤਸ਼ਾਹ ਨੇ ਆਖੇ ਰਹਾਉ ਤਿਨ ਉਪਰ ਜਾਈਐ ਕੁਰਬਾਨ ਕੁਰਬਾਨ ਜਾਣ ਦਾ ਮਤਲਬ ਕੀ ਹੈ ਸਦਕੇ ਜਾਣ ਦਾ ਮਤਲਬ ਕੀ ਹੈ ਕੁਝ ਗੱਲਾਂ ਨਾਂ ਤੇ ਵਿਆਖਿਆ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਨਾ ਹੀ ਵਿਆਖਿਆ ਦੇ ਵਿੱਚ ਬਹੁਤੀਆਂ ਬੋਲੀਆਂ ਜਾਂਦੀਆਂ ਹੁੰਦੀਆਂ ਨੇ ਉਹ ਸਿਰਫ ਆਪਣੀ ਆਪਣੀ ਜ਼ਿੰਦਗੀ ਦੇ ਅਨੁਭਵ ਹੁੰਦੇ ਨੇ ਕੁਰਬਾਨ ਜਾਣਾ ਕੀ ਹੁੰਦਾ ਹੈ ਹਜ਼ੂਰ ਦੇ ਬਚਨ ਅਸੀਂ ਵਿਚਾਰ ਕੇ ਹਟੇ ਹਾਂ ਮਰਦ ਮੈਂ ਆਪਣੇ ਆਪ ਤੋਂ ਸਦਕੇ ਚਲਾ ਗਿਆ ਮੈਂ ਆਪਣਾ ਪਰਿਵਾਰ ਦਿੱਤਾ ਤੇਰੇ ਘਰ ਦੇ ਵਿੱਚ ਆ ਕੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਹਜ਼ੂਰ ਦੇ ਬਚਨ ਵੇਖੋ ਇਹ ਵਾਹਿਗੁਰੂ ਉਹਨਾਂ ਰੱਬ ਦੇ ਪਿਆਰਿਆਂ ਤੋਂ ਸਦਕੇ ਜਾਣਾ ਚਾਹੀਦਾ ਹੈ ਕਿੰਨਾ ਤੋਂ ਨਾਨਕ ਜਿਨ ਜਪਿਆ ਨਿਰਵਾਣ ਜਿਸ ਜਿਸ ਬੰਦੇ ਨੇ ਵਾਸ਼ਨਾ ਰਹਿਤ ਹੋ ਕੇ ਵਾਸ਼ਨਾ ਰਹਿਤ ਰੱਬ ਨੂੰ ਜਪਿਆ ਹੈ ਲਫ਼ਜ਼ਾਂ ਦੀ ਗਹਿਰਾਈ ਨੂੰ ਵੇਖਣਾ ਵਾਸ਼ਨਾ ਰਹਿਤ ਹੋ ਕੇ ਵਾਸ਼ਨਾ ਰਹਿਤ ਰੱਬ ਨੂੰ ਜਪਿਆ ਹੈ ਵਾਸ਼ਨਾ ਕੀ ਹੈ ਇੱਕ ਟੇਸਟ ਹੈ ਹਰ ਇੱਕ ਪਾਠ ਹਰ ਇੱਕ ਸੇਵਾ ਦੇ ਪਿੱਛੇ ਵਿਰਲਿਆ ਨੂੰ ਛੱਡ ਕੇ ਕੋਈ ਨਾ ਕੋਈ ਭਾਵਨਾ ਤੇ ਹੈ ਮਹਾਰਾਜ ਪਾਠ ਕਰਦੇ ਹਨ ਇਹਦੇ ਬਦਲੇ ਆ ਮਿਲ ਜਾਵੇ ਜਿਨ੍ਹਾਂ ਦੀ ਨਹੀਂ ਹੈ ਉਹਨਾਂ ਨੂੰ ਮਹਾਰਾਜ ਨੇ ਆਖਿਆ ਉਹਨਾਂ ਦੇ ਮੱਥੇ ਤਨ ਆਉਂਦਾ ਨਹੀਂ ਨੇਤਰ ਤਨ ਉਹ ਭਗਤ ਵੀ ਤਨ ਹਰ ਪਾਠ ਦੇ ਪਿੱਛੇ ਇੱਕ ਖਾਹਿਸ਼ ਹਰ ਸੇਵਾ ਦੇ ਪਿੱਛੇ ਇੱਕ ਖਾਹਿਸ਼ ਦੁਨੀਆ ਨੂੰ ਨਾ ਦੱਸਦਾ ਹੋਵਾਂ ਮਨ ਕਾਹਸ਼ਾਂ ਕਰ ਲੈਂਦਾ ਹੈ ਤੇ ਰੱਬ ਦਾ ਸਬੰਧ ਹੀ ਸਾਡੇ ਉਸ ਵੇਲੇ ਮਨ ਦੇ ਨਾਲ ਹੁੰਦਾ ਹੈ ਦੁਨੀਆ ਦੇ ਨਾਲ ਕੀ ਚੱਲਦਾ ਹੈ ਹਰ ਪਾਠ ਦੇ ਪਿਛੇ ਕਾਹਸ਼ ਹਜ਼ੂਰ ਨੇ ਆਖਿਆ ਸੀ ਭਾਈ ਸੇਵ ਕੀਤੀ ਸੰਤੋਖੀ ਜਿੰਨੀ ਸੱਚੋ ਸੱਚ ਤੇ ਆਇਆ ਉਹਨੂੰ ਜਪਿਆ ਹੀ ਵਾਸ਼ਨਾ ਰਹਿਤ ਹੋ ਕੇ ਜਾ ਸਕਦਾ ਹੈ ਚੀਜ਼ਾਂ ਦੇ ਬਦਲੇ ਤੇ ਚੀਜ਼ਾਂ ਮਿਲ ਸਕਦੀਆਂ ਨੇ પાਠ ਦੇ બદલે ਜਿੰਨੂੰ ਅਸੀਂ ਪਾਠਾਂ ਦੇ ਪਿੱਛੇ ਚੀਜ਼ਾਂ ਰੱਖ ਲੈਂਦੇ ਆਂ ਚੀਜ਼ਾਂ ਮਿਲ ਜਾਂਦੀਆਂ ਨੇ ਹਜ਼ੂਰ ਨੇ ਆਖਿਆ ਆਪਣੇ ਲੋਭ ਕੋਕੀਨੋ ਮੀਤ ਜਿੰਨਾ ਬੰਦਿਆਂ ਨੇ ਆਪਣੇ ਲੋਭ ਦੀ ਖਾਤਰ ਵੀ ਰੱਬ ਨੂੰ ਮੁਕ ਮਿੱਤਰ ਬਣਾਇਆ ਹੈ ਨਾ ਰੱਬ ਨੇ ਉਹਨਾਂ ਨੂੰ ਵੀ ਭਾਈ ਦਾਤਾਂ ਦੇ ਦਿੱਤੀਆਂ ਨੇ ਦਾਤਾਂ ਤੋਂ ਕਟ ਨਹੀਂ ਕਰਦਾ ਦੀਨ ਦਇਆਲ ਦਇਆ ਨਿਦਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ ਉਹ ਦਾਤਾਂ ਤੋਂ ਕੁਲੁਕਦਾ ਨਹੀਂ ਹੈ ਕਿ ਦਾਤਾਂ ਨਹੀਂ ਦਿੰਦਾ ਦਾਤਾਂ ਤੇ ਸਾਰਿਆਂ ਨੂੰ ਦੇਈ ਜਾਂਦਾ ਪਰ ਆਪਣਾ ਅਸਲਾ ਆਪਣਾ ਆਪਾ ਸਿਰਫ ਉਹਨਾਂ ਨੂੰ ਦਿੰਦਾ ਹੈ ਜਿਨ੍ਹਾਂ ਨੇ ਵਾਕਿਆ ਹੀ ਅਚਾਹ ਹੋ ਕੇ ਜਪ ਲਿਆ ਹੈ ਇਹਦੇ ਬਾਰੇ ਦੋ ਗੱਲਾਂ ਆਪਾਂ ਕਹੀਏ ਆਪਣਾ ਸਮਾਂ ਨੇੜੇ ਹੋ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੀਵਨ ਦੀ ਘਟਨਾ ਹੈ ਮਹਾਰਾਜ ਜੀ ਦਾ ਬਾਬਾ ਮਰਦਾਨਾ ਜੀ ਸੱਚੇ ਪਾਤਸ਼ਾਹ ਜੀ ਦੇ ਨੇੜੇ ਬੈਠੇ ਮਿੱਤਰ ਸਨ ਸੱਚੇ ਪਾਤਸ਼ਾਹ ਜੀ ਦੇ ਤੇ ਪਾਤਸ਼ਾਹ ਜੀ ਨੂੰ ਭਾਈ ਕਹਿੰਦੇ ਹੋਣਗੇ ਉਹ ਕਿੰਨੇ ਭਾਗਾ ਵਾਲੇ ਹੋਣਗੇ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਦਿਨ ਬੈਠਿਆਂ ਬੈਠਿਆਂ ਪੁੱਛ ਲਿਆ ਭਾਈ ਮਰਦਾਨਾ ਜੀ ਨੂੰ ਭਾਈ ਜੀ ਤੁਸੀਂ ਸਾਡੇ ਨਾਲ ਜ਼ਿੰਦਗੀ ਕੱਢੀ ਐ ਸਾਡੀ ਖੁਸ਼ੀ ਆ ਤੁਹਾਡੇ ਉੱਤੇ ਸਾਨੂੰ ਬੜਾ ਮਾਣ ਹੈ ਕਿ ਤੁਸੀਂ ਸਾਡੇ ਨਾਲ ਨਿਭੇ ਜੇ ਹਾਲਾਂਕਿ ਉਮਰ ਦੇ ਵਿੱਚ ਮਹਾਰਾਜ ਤੋਂ ਵੱਡੇ ਵੀ ਸਨ ਸਾਡੀ ਖੁਸ਼ੀ ਆ ਤੁਹਾਡੇ ਉੱਤੇ ਤੇ ਤੁਹਾਨੂੰ ਇਹ ਦੱਸ ਦਈਏ ਤੁਹਾਡਾ ਇਸ ਸੰਸਾਰ ਦੇ ਵਿੱਚੋਂ ਜਾਣ ਦਾ ਸਮਾਂ ਹੋ ਗਿਆ ਤੇ ਹੁਣ ਦੱਸੋ ਤੁਸੀਂ ਇਸ ਸੰਸਾਰ ਦੇ ਵਿੱਚੋਂ ਜਾਣਾ ਹੈ ਤੁਹਾਡੇ ਸਰੀਰ ਦੀ ਅੰਤਿਮ ਮਰਿਆਦਾ ਕਿਵੇਂ ਨਿਭਾਈਏ ਤੁਹਾਡਾ ਸਰੀਰ ਅਗਨ ਦਾ ਕੀਤਾ ਜਾਵੇ ਜਾਂ ਤੁਹਾਨੂੰ ਦਫਨ ਕੀਤਾ ਜਾਵੇ ਕਿ ਤੁਹਾਡੀ ਇੱਕ ਕਬਰ ਬਣਾ ਕੇ ਉਹਦੇ ਉੱਤੇ ਵਧੀਆ ਜਿਹਾ بڑا ਨਾਮ ਲਿਖਾ ਦਿੱਤਾ ਜਾਵੇ ਤੁਹਾਡਾ ਤੇ ਫਿਰ ਤੁਹਾਡਾ ਇਸ ਤਰੀਕੇ ਦੇ ਨਾਲ ਸਤਿਕਾਰ ਕੀਤਾ ਜਾਵੇ ਭਾਈ ਮਰਦਾਨਾ ਜੀ ਅੱਗੋਂ ਹੋਰ ਅਵਸਥਾ ਦੇ ਵਿੱਚ ਵਿਤਰਦੇ ਪਏ ਸੀ ਉਹ ਕਹਿੰਦੇ ਸੱਚੇ ਪਾਤਸ਼ਾਹ ਇੱਕ ਕਬਰ ਦੇ ਵਿੱਚੋਂ ਕੱਢਿਆਈ ਤੇ ਹੁਣ ਦੂਜੀ ਕਬਰ ਦੇ ਵਿੱਚ ਪਾ ਦੇਵੇਂਗਾ ਉਹ ਅਵਸਥਾ ਹੀ ਕੁਝ ਹੋਰ ਦੇ ਵਿੱਚ ਮਹਾਰਾਜ ਕੱਖ ਨਹੀਂ ਚਾਹੀਦਾ ਜੋ ਜੀਵਨ ਦੇ ਵਿੱਚ ਹੋ ਗਿਆ ਠੀਕ ਹੈ ਮਹਾਰਾਜ ਮੈਨੂੰ ਕੁਝ ਹੋਰ ਚਾਹੀਦਾ ਹੀ ਨਹੀਂ ਸੁਰਗ ਬਾਸ ਨਾ ਵਾਸ਼ ਹੀ ਹੈ ਦਰਿਆ ਨਾ ਨਰਕ ਨਿਵਾਸ ਹੋਣਾ ਹੈ ਸੁ ਹੋਈ ਹੈ ਮਨੇ ਨਾ ਕੀ ਜਿਆਸ ਮੰਦੀ ਕਦੀ ਆਸ ਹੈ ਪੀ ਮਹਾਰਾਜ ਇਦਾਂ ਹੋ ਜਵੇ ਮਹਾਰਾਜ ਇਦਾਂ ਹੋ ਜਵੇ ਭਗਤੀ ਹੈ ਨਿਰਵਾਣ ਹੋਣ ਦੀ ਹੈ ਵਾਸ਼ਨਾ ਦੇ ਵਿੱਚ ਭਗਤੀ ਵਾਸ਼ਨਾ ਦੇ ਦਿੰਦੀ ਹੁੰਦੀ ਹੈ ਚੀਜ਼ਾਂ ਮਿਲ ਜਾਂਦੀਆਂ ਨੇ ਚੀਜ਼ਾਂ ਦਾ ਘਾਟਾ ਨਹੀਂ ਉਹਦੇ ਕਰਦੇ ਵਿੱਚ ਪਰ ਜਿੱਦਣ ਉਹ ਮੰਗਦੇ ਨੇ ਉਹ ਆਪਣੇ ਲਈ ਕੁਝ ਨਹੀਂ ਮੰਗਦੇ ਇੱਕ ਹਵਾਲਾ ਕਹਿੰਦੇ ਹੁੰਦੇ ਸੀ ਹਜ਼ੂਰ ਨੇ ਆਖਿਆ ਭਾਈ ਮਰਦਾਨਾ ਜੀ ਮੰਗੋ ਕੀ ਮੰਗਦੇ ਜੀ ਤੇ ਭਾਈ ਮਰਦਾਨਾ ਕਹਿੰਦੇ ਪਾਤਸ਼ਾ ਆਪਣੀ ਲਈ ਮੈਂ ਕੁਝ ਨਹੀਂ ਮੰਗਦਾ ਬੇਬੇ ਨਾਨਕੀ ਯਾਦ ਕਰਦੀ ਪਈ ਆ ਚਲੋ ਇੱਕ ਵਾਰ ਉਹਨੂੰ ਦਰਸ਼ਨ ਦੇ ਆਈਏ ਜਾ ਕੇ ਭਾਈ ਮੰਧ ਜੀ ਆਪਾਂ ਪੜਦੇ ਹੀ ਆ ਸਾਰੇ ਇਦਾਂ ਦੀ ਹਾਲਤ ਹੋ ਗਈ ਗੁਰੂ ਅਰਜਨ ਸਾਹਿਬ ਨੇ ਆਖਿਆ ਭਾਈ ਨੁਕਸਾਨ ਹੋ ਜਾਵੇਗਾ ਔਖੇ ਇੰਨੇ ਹੋਏ ਚੁੱਧਰ ਗਈ ਪਸ਼ੂ ਛੁੱਟ ਗਏ ਸਾਰਾ ਕੁਝ ਖਤਮ ਹੋ ਗਿਆ ਜਿੱਦਨ ਖੂਹ ਦੇ ਵਿੱਚ ਡਿੱਗੇ ਖੂਹ ਤੋਂ ਬਾਹਰ ਕੱਢਿਆ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹਜ਼ੂਰ ਨੇ ਆਖਿਆ ਸਿੱਖਾ ਮੰਗ ਕੀ ਚਾਹੀਦਾ ਤੇ ਭਾਈ ਮੰਝ ਕਹਿੰਦੇ ਮਹਾਰਾਜ ਮੈਂ ਇਹੀ ਮੰਗਦਾ ਹਾਂ ਮਹਾਰਾਜ ਮੇਰੀ ਮੰਗਣ ਦੀ ਆਦਤ ਮੁੱਕ ਜਾਵੇ ਪਾਤਸ਼ਾਹ ਮੈਂ ਮੰਗਿਆ ਹੀ ਨਾ ਕਰਾਂ ਮੈਨੂੰ ਅਜਾਚੀ ਕਰ ਦਿਓ ਤੁਸੀਂ ਦੂਜੀ ਗੱਲ ਉਹਨਾਂ ਨੇ ਆਖੀ ਹਜ਼ੂਰ ਕਿਰਪਾ ਕਰਿਓ ਇਹ ਬਖਸ਼ਿਸ਼ ਕਰਿਓ ਸਾਡੇ ਉੱਤੇ ਸਿੱਖਾਂ ਦੇ ਉੱਤੇ ਇੰਨੀ ਔਖੀ ਘੜੀ ਨਾ ਆਵੇ ਹਰ ਕੋਈ ਪਾਰ ਨਹੀਂ ਜੇ ਹੋ ਸਕਦਾ ਹਜ਼ੂਰ ਦੇ ਬਚਨ ਨਾਨਕ ਦਿਨ ਜਪਿਆ ਨਿਰਵਾਣ ਜਿਨ੍ਹਾਂ ਨੇ ਨਿਰਵਾਣ ਵਾਹਿਗੁਰੂ ਨੂੰ ਜਪਿਆ ਹੈ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਗੁਰੂ ਬਖਸ਼ਿਸ਼ ਦੇ ਨਾਲ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੀ ਦੀਆਂ ਆਪ ਜੀ ਨੂੰ ਬੇਅੰਤ ਵਧਾਈਆਂ ਹੋਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਮੁਬਾਰਕ ਬਚਨ ਜਿਵੇਂ ਸਤਿਗੁਰਾਂ ਨੇ ਸੇਵਾ ਲਈ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੂੰ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ